ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਦਾਰ ਤਰਲੋਕ ਸਿੰਘ ਜੀ, ਜੋ ਕਿ ਭਾਈ ਨਵਜੋਤ ਸਿੰਘ, ਜਿਹੜੇ ਬੇਅੰਤ ਮੁੱਖ ਮੰਤਰੀ ਦੇ ਕੇਸ ਦੇ ਵਿੱਚ ਨਾਮਜ਼ਦ ਸੀਗੇ, ਉਹਨਾਂ ਦੇ ਪਿਤਾ ਜੀ ਸਨ, ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ। ਗੁਰੂ ਮਹਾਰਾਜ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਹੋਏ, ਗੁਰਮਤਿ ਦੀਆਂ ਵਿਚਾਰਾਂ ਹੋਈਆਂ, ਅਤੇ ਆਪਾਂ ਸਾਰਿਆਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਸ ਵਿਛੜੀ ਜੀਵ ਆਤਮਾ ਦੇ ਪ੍ਰਥਾਏ ਅਰਦਾਸ ਕੀਤੀ ਹੈ ਕਿ ਗੁਰੂ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਆਪਣੇ ਕੋਲ ਅੱਜ ਸੰਗਤੀ ਰੂਪ ਦੇ ਵਿੱਚ, ਸਿੱਖ ਸਫਾਂ ਦੇ ਵਿੱਚ ਅਤੇ ਗੁਰੂ ਖਾਲਸਾ ਪੰਥ ਦੀ ਸੇਵਾ ਦੇ ਵਿੱਚ ਵਿਚਰਦੀਆਂ ਸ਼ਖਸੀਅਤਾਂ ਮੌਜੂਦ ਨੇ, ਉਹਨਾਂ ਦੇ ਵੱਲੋਂ ਸਰਦਾਰ ਤਰਲੋਕ ਸਿੰਘ ਹੋਣਾ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਣੀ ਹੈ। ਮੈਂ ਸਾਰੇ ਹੀ ਬੁਲਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਸੰਖੇਪ ਦੇ ਵਿੱਚ ਆਪਾਂ ਸਰਦਾਰ ਤਰਲੋਕ ਸਿੰਘ ਹੋਣਾ ਨੂੰ ਸ਼ਰਧਾਂਜਲੀ ਭੇਂਟ ਕਰਨੀ ਹੈ ਅਤੇ ਆਪਣੇ ਵਿਚਾਰ ਸਾਂਝੇ ਕਰਨੇ ਹਨ। ਸਭ ਤੋਂ ਪਹਿਲਾਂ ਐਡਵੋਕੇਟ ਅਮਰ ਸਿੰਘ ਚਾਹਲ ਜੀ, ਜੋ ਕਿ ਵੱਖ ਵੱਖ ਕੇਸਾਂ ਦੇ ਵਿੱਚ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਰਹੇ ਹਨ, ਅਤੇ ਬੇਅੰਤ ਸਿੰਘ ਵਾਲਾ ਜਿਹੜਾ ਕੇਸ ਸੀਗਾ ਉਹਦੀ ਵੀ ਪੈਰਵਾਈ ਇਹਨਾਂ ਨੇ ਕੀਤੀ ਸੀ। ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਐਡਵੋਕੇਟ ਅਮਰ ਸਿੰਘ ਜੀ ਚਾਹਲ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤਰਲੋਕ ਸਿੰਘ ਜੀ ਦਾ ਪਰਿਵਾਰ ਉਹ ਹੈ ਜਿਨ੍ਹਾਂ ਨੇ 1995 ਤੋਂ ਲੈ ਕੇ ਲਗਭਗ 2013 ਤੱਕ ਬਹੁਤ ਵੱਡੀ ਘਾਲਣਾ ਕਾਲੀ ਔਰ ਬਹੁਤ ਵੱਡਾ ਤਸ਼ੱਦਦ ਸਰਕਾਰ ਦਾ ਸਹਿਆ। ਸਾਰੇ ਜੋ ਸਿੰਘ ਬੇਅੰਤ ਸਿੰਘ ਦੇ ਮਰਡਰ ਕੇਸ ਦੇ ਵਿੱਚ ਜਿਨ੍ਹਾਂ ਦੇ ਕੇਸ ਚੱਲਦੇ ਸੀ, ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਸਰ ਤਰਲੋਕ ਸਿੰਘ ਔਰ ਉਹਨਾਂ ਦੀ ਧਰਮ ਪਤਨੀ ਸੀ ਜਿਹੜੇ ਲਗਭਗ ਹਰ ਪੇਸ਼ੀ 'ਤੇ ਹਾਜ਼ਰ ਆਉਂਦੇ ਸੀ। ਬਾਕੀ ਪਰਿਵਾਰਾਂ ਦੀਆਂ ਕਈ ਮੁਸ਼ਕਲਾਂ ਸਨ ਜਿਹੜੇ ਨਹੀਂ ਸੀ ਆ ਸਕਦੇ। ਸੋ ਇਹਨਾਂ ਦਾ ਸਹਿਯੋਗ ਜਿਹੜਾ ਕੇਸ 'ਤੇ ਪੂਰਤੀ ਲਈ ਬਹੁਤ ਵੱਡਾ ਸਾਡੇ ਲਈ ਠੀਕ ਰਿਹਾ ਹੈ। ਇਨਸਾਫ ਦੀ ਤੱਕੜੀ ਕਿਸ ਤਰ੍ਹਾਂ ਦੀ ਹੈ ਇਹ ਤਾਂ ਅਸੀਂ ਰੋਜ਼ ਸੁਣਦੇ ਹਾਂ, ਗੱਲਾਂ ਕਰਦੇ ਵੀ ਹਾਂ। ਇਸ ਕੇਸ ਦੇ ਵਿੱਚ ਸਤਰਲੋਕ ਸਿੰਘ ਦੇ ਬੇਟੇ ਦਾ ਕੀ ਕਸੂਰ ਸੀ? ਉਹਨਾਂ ਨੇ ਆਪਣੀ ਇੱਕ ਡੈਰੀ ਦੇ ਪੱਤਰੇ 'ਤੇ ਲਿਖ ਦਿੱਤਾ ਸੀ ਕਿ ਜੇ ਨਹਿਰ ਦਾ ਪਾਣੀ ਪੰਜਾਬ ਦਾ ਜਿਹੜਾ ਵਗੇਗਾ, ਜਿਹੜੀ ਨਵੀਂ ਬਣਾ ਰਹੀ ਸੀ ਸਰਕਾਰ ਇਹ ਸਮਝੇ ਵੀ ਉਹ ਸਾਡਾ ਲਹੂ ਵਗ ਰਿਹਾ। ਇਸੇ ਡੈਰੀ ਦੇ ਪੱਤਰੇ ਤੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ 13 ਸਾਲ ਦੀ ਜਿਹੜੀ ਸਜ਼ਾ ਭੁਗਤਣੀ ਪਈ। ਬਾਕੀ ਉਹਨਾਂ ਦੇ ਖਿਲਾਫ਼ ਕੋਈ ਅਗਵਾਈ ਨਹੀਂ ਸੀ ਕੇਸ ਦੇ ਵਿੱਚ ਆਈ। ਬਦਕਿਸਮਤੀ ਇਹ ਆ ਵੀ ਇਸ ਤਰ੍ਹਾਂ ਦੇ ਕੇਸ ਹੋਣ ਦੇ ਬਾਵਜੂਦ ਵੀ ਸਾਡੀਆਂ ਅਦਾਲਤਾਂ ਕੀ ਕਰਦੀਆਂ ਨੇ, ਸਾਡੇ ਨਾਲ ਕੀ ਇਨਸਾਫ ਦਿੰਦੀਆਂ ਨੇ।
ਉਹ ਇਸ ਤੋਂ ਹੀ ਪਤਾ ਲੱਗਦਾ ਵੀ ਇਹਨਾਂ ਦੀ ਦੁਬਾਰਾ ਦੁਬਾਰਾ ਜ਼ਮਾਨਤ ਲਾਈ ਗਈ ਵੀ ਸਾਡੇ ਖਿਲਾਫ਼ ਕੋਈ ਗਵਾਹੀ ਨਹੀਂ ਹੈਗੀ, ਸਾਨੂੰ ਜ਼ਮਾਨਤ ਦੇ ਦਿੱਤੀ ਜਾਏ। ਜ਼ਮਾਨਤ ਨਹੀਂ ਮਿਲੀ, ਥੱਲੇ ਦੀ ਅਦਾਲਤ 'ਚੋਂ ਨਹੀਂ ਮਿਲੀ, ਹਾਈ ਕੋਰਟ ਤੋਂ ਨਹੀਂ ਮਿਲੀ, ਸੁਪਰੀਮ ਕੋਰਟ 'ਚ ਗਏ। ਸੁਪਰੀਮ ਕੋਰਟ ਦੇ ਵਿੱਚ ਚਿਮਨੀ ਸਾਹਿਬ ਜੋ ਵਕੀਲ ਸਾਹਿਬ ਪਿੱਛੋਂ ਮੇਰੇ ਨਾਲ ਇਸ ਕੇਸ ਦੇ ਵਿੱਚ ਸਹਾਇਕ ਹੋਏ, ਬੜੀ ਵੱਡੀ ਉਹਨਾਂ ਨੇ ਸੇਵਾ ਕੀਤੀ, ਜਿਹਦੇ 'ਚ ਸਰਦਾਰ ਨਰਾਇਣ ਸਿੰਘ ਚੌੜਾ ਸਾਹਿਬ ਦਾ ਵੀ ਬੜਾ ਦੇਣ ਹੈ, ਉਹਨਾਂ ਨੂੰ ਜਿਹੜਾ ਪ੍ਰੇਰਨਾ ਕਰਕੇ ਅਸੀਂ ਲੈ ਕੇ ਆਏ ਵੀ ਸਾਡੇ ਨਾਲ ਹੋਰ ਕੋਈ ਵਕੀਲ ਚੱਲ ਨਹੀਂ ਰਿਹਾ, ਤੁਸੀਂ ਸਾਡੀ ਮਦਦ ਕਰੋ। ਉਹ ਆਏ, ਉਹ ਸੁਪਰੀਮ ਕੋਰਟ ਦੇ ਵਿੱਚ ਉਹ ਪੇਸ਼ ਹੋਏ ਸਨ ਜਦੋਂ ਨਵਜੋਤ ਸਿੰਘ ਦੀ ਬੇਲ ਦੀ ਦਰਖਾਸਤ ਉੱਥੇ ਜੱਜਾਂ ਦੇ ਕੋਰਟ ਸੁਣਵਾਈ ਅਧੀਨ ਹੋਈ। ਉਹ ਆਣ ਕੇ ਦੱਸਦੇ ਸਨ ਪੇਸ਼ ਜੱਜਾਂ ਨੇ ਕੇਸ ਜਦੋਂ ਉਹ ਬੁਲਾਇਆ ਹੈ, ਬੁਲਾ ਕੇ ਵਕੀਲ ਸਾਹਿਬ ਨੇ ਉਹ ਬਹਿਸ ਕਰਦੇ ਰਹੇ ਨੇ 15-20 ਮਿੰਟ। ਜੱਜਾਂ ਨੇ ਉਸ ਫਾਈਲ ਨੂੰ ਹੱਥ ਨਹੀਂ ਲਾਇਆ, ਇੰਨੀ ਨਫ਼ਰਤ ਭਰੀ ਜਿਹੜੀ ਹੈ ਵਾਤਾਵਰਨ ਸਿੱਖਾਂ ਦੇ ਖਿਲਾਫ਼, ਵੀ ਉਹ ਕੇਸ ਨੂੰ ਚੁੱਕਣ ਨੂੰ ਵੇਖਣ ਨੂੰ ਤਿਆਰ ਨਾ ਸਨ। ਅਤੇ ਬਹਿਸ ਤੋਂ ਬਾਅਦ 15-20 ਮਿੰਟ ਤੋਂ ਬਾਅਦ ਉਹ ਕਹਿੰਦੇ ਜੀ ਬਸ ਕਰੋ, ਹੁਣ ਅਸੀਂ ਸੁਣ ਲਿਆ ਤੁਹਾਨੂੰ ਅਤੇ ਤੁਹਾਡੀ ਖਾਰਜ ਕਰ ਦਿੱਤੀ ਦਰਖਾਸਤ। ਇਹ ਇਨਸਾਫ਼ ਦੀਆਂ ਸਾਡੇ ਕੋਲ ਤੱਕੜੀ ਹੈਗੀ ਆ ਜਿਹਦੇ ਨਾਲ ਅਸੀਂ ਇੰਨਾ ਜਿਹੜਾ ਹੈ ਜਦੋਂ ਜਹਿਦ 'ਚ ਲੜਦੇ ਆਏ ਹਾਂ। ਉਹਨਾਂ ਸੱਜਣਾਂ ਨੇ ਤਾਂ 13 ਸਾਲ ਕੈਦ 'ਚ ਰਹੇ, ਭਾਵੇਂ ਨਵਜੋਤ ਸਿੰਘ ਸੀ ਭਾਵੇਂ ਉਹਨਾਂ ਦੇ ਸਾਥੀ ਸਨ, ਲੇਕਿਨ ਸਰ ਤਰਲੋਕ ਸਿੰਘ ਔਰ ਉਹਨਾਂ ਦੀ ਧਰਮ ਪਤਨੀ ਨੇ ਵੀ ਲਗਭਗ ਰੋਜ਼ ਜਾ ਕੇ 2 ਵਜੇ ਜਾ ਕੇ 5-6 ਵਜੇ ਤੱਕ ਉੱਥੇ ਰਹਿਣਾ, ਮਤਲਬ ਅੱਧਾ ਦਿਨ ਕੈਦ ਸਾਡੇ ਨਾਲ ਉਹਨਾਂ ਵੀ ਭੁਗਤਦੇ ਰਹੇ ਨੇ। ਏਡਾ ਵੱਡਾ ਸਾਡੇ 'ਤੇ ਕਹਿਰ ਸੀ, ਔਰ ਜੋ ਸਾਨੂੰ ਉੱਥੇ ਅਦਾਲਤ 'ਚ ਜਾਣ ਲਈ ਜਲੀਲ ਕਰਦੇ ਸੀ, ਸਾਡੀ ਤਲਾਸ਼ੀ ਲੈਣੀ, ਵਕੀਲਾਂ ਦੀ ਤਲਾਸ਼ੀ ਲੈਣੀ, ਉਹਨਾਂ ਨੂੰ ਜਿਹੜਾ ਹੈ ਬੇਪਤ ਕਰਨਾ, ਉਹਨਾਂ ਦੀਆਂ ਕਾਰਾਂ ਏਡੀ ਦੂਰ ਖੜਾਉਣੀਆਂ ਜਿਹੜੀਆਂ ਕਿ ਫਰਲਾਂਗ ਦੀ ਦੂਰੀ 'ਤੇ ਸੀ, ਮੀਂਹ ਪਿਆ ਹੋਣਾ ਅਤੇ ਸਾਰੇ ਦੇ ਸਾਰੇ ਜਿਹੜੇ ਸਾਡੇ ਕੱਪੜੇ ਭੇਜਣੇ। ਇਸ ਦੇ ਬਾਵਜੂਦ ਵੀ ਤੁਸੀਂ ਸਾਡੀਆਂ ਕਾਰਾਂ, ਜਦੋਂ ਅਸੀਂ ਡਿਫੈਂਸ ਕੌਂਸਲ ਹਾਂ, ਸਾਡੀਆਂ ਕਾਰਾਂ ਉੱਥੇ ਖੜੀਆਂ ਕਰਨੀਆਂ ਚਾਹੀਦੀਆਂ ਜਿੱਥੇ ਸਰਕਾਰੀ ਵਕੀਲ ਕਰਦੇ ਨੇ, ਬਾਕੀ ਉਹ ਅੰਦਰ ਜਾ ਸਕਦੇ, ਅਸੀਂ ਕਿਉਂ ਨਹੀਂ ਜਾ ਸਕਦੇ? ਇਸ ਗੱਲ 'ਤੇ ਅਸੀਂ ਜੱਦੋ ਜਹਿਦ ਕਰਦੇ ਰਹੇ, ਕੋਈ ਮੰਨਿਆ ਨਹੀਂ ਹੈਗਾ। ਇਸ ਕਰਕੇ ਸਾਹ ਤਰਲੋਕ ਸਿੰਘ ਗੱਲ ਕਰਦੇ ਸੀ ਕਦੀ ਕਦੀ ਮੇਰੇ ਨਾਲ, ਨਵਜੋਤ ਸਿੰਘ ਨੂੰ ਕਿਉਂ ਫਸਾਇਆ ਗਿਆ? ਕੋਈ ਉਹਦੇ ਖਿਲਾਫ਼ ਗਵਾਹੀ ਨਹੀਂ ਸੀ ਜਦੋਂ ਇਹਨਾਂ ਦੇ ਘਰ ਜਾ ਕੇ ਛਾਪਾ ਮਾਰਿਆ ਗਿਆ। ਜਿਹੜਾ DSP ਉਸ CBI ਦਾ ਲੀਡ ਕਰ ਰਿਹਾ ਸੀ, ਉਹ ਆਲਾ ਦੁਆਲਾ ਵੇਖ ਕੇ ਜਦੋਂ ਉਹਨੂੰ ਕੁਛ ਨਾ ਲੱਭਿਆ, ਸਤਲੋਕ ਸਿੰਘ ਨੂੰ ਕਹਿੰਦਾ ਜੀ ਤੁਸੀਂ ਇਹ 1 ਕਨਾਲ ਦੀ ਕੋਠੀ ਕਿੱਥੋਂ ਪਾ ਲਈ ਹੈ? ਤੁਹਾਡੇ ਕੋਲ ਤਾਂ ਬਹੁਤ ਪੈਸੇ ਹੋਣੇ ਆ। ਉਹ ਕਹਿੰਦੇ ਜੀ ਭਰਾ ਸਾਡੇ ਕੋਲ ਪੈਸੇ ਜਿਹੜੇ ਹੈਗੇ ਸੀ ਕੋਠੀ 'ਤੇ ਲਾ ਦਿੱਤੀ, ਨੌਕਰੀ ਕੀਤੀ ਹੈ, ਪੈਸੇ ਮਿਲੇ, ਕੋਠੀ ਬਣਾ ਲਈ, ਅਸੀਂ ਕਿਹੜੇ ਕੋਈ ਅਮੀਰ ਘਰਾਣਿਆਂ 'ਚੋਂ ਹੈਗੇ, ਸਧਾਰਨ ਪਰਿਵਾਰ ਹੈ। ਅਤੇ ਉਹਨੇ ਇਹ ਮੂੰਹ ਤੋਂ ਗੱਲ ਕਹੀ ਵੀ ਬੱਚਾ ਤੁਹਾਡਾ ਨਿਰਦੋਸ਼ ਆ, ਅਸੀਂ ਛੱਡ ਦਿੰਦੇ ਹਾਂ, ਸਾਨੂੰ ਪੈਸੇ ਦਿਓ, ਤੁਹਾਡੇ ਕੋਲ ਕੋਠੀ ਹੈਗੀ ਆ, ਤੁਹਾਡੇ ਕੋਲ ਪੈਸੇ ਜ਼ਿਆਦਾ ਹੋਣੇ ਚਾਹੀਦੇ ਆ। ਉਹ ਕਹਿੰਦੇ ਜੀ ਪੈਸੇ ਮੇਰੇ ਕੋਲ ਨਾ ਹੈਗੇ ਆ, ਨਾ ਮੈਂ ਦੇਣੇ ਆ, ਅਤੇ ਤੁਹਾਨੂੰ ਇਹ ਨਹੀਂ ਚਾਹੀਦਾ ਨਿਰਦੋਸ਼ ਬੱਚਾ ਜਿਹੜਾ ਤੁਸੀਂ ਸਾਡਾ ਕੇਸ ਦੇ ਵਿੱਚ ਫਸਾਓ। ਉਹ ਨਹੀਂ ਮੰਨਿਆ, ਪੈਸੇ ਮੰਗਦਾ ਰਿਹਾ, ਪੈਸੇ ਨਹੀਂ ਮਿਲੇ, ਬੱਚੇ ਨੂੰ ਫਸਾ ਦਿੱਤਾ ਗਿਆ। ਮਤਲਬ ਇਹ ਸਾਡੇ ਨਾਲ ਇਨਸਾਫ਼ ਹੁੰਦਾ ਰਿਹਾ, ਹੱਦ ਹੀ ਹੋ ਗਈ ਇਨਸਾਫ਼ ਦੀ। ਜੇ ਇਹਨਾਂ ਨੂੰ 13 ਸਾਲ ਬਾਅਦ ਛੱਡਿਆ, ਨਸੀਬ ਸਿੰਘ ਦੂਜੇ ਨਾਲ ਜਿਹੜੇ ਸੀ ਦੋਸ਼ੀ, ਉਹਨਾਂ 'ਤੇ ਸਿਰਫ ਇੱਕੋ ਗੱਲ ਸੀ ਵੀ ਉਹਨਾਂ ਦੇ ਘਰੋਂ RDX ਦਾ ਕੁਝ ਹਿੱਸਾ ਮਿਲਿਆ ਸੀ, ਮਿਲਿਆ ਰੋਪੜ ਤੋਂ, ਕੇਸ ਚੰਡੀਗੜ੍ਹ ਚਲਾ ਦਿੱਤਾ।
ਉਸ ਆਰ ਡੀ ਐਕਸ ਦੇ ਵਿੱਚ ਉਹਨਾਂ ਨੂੰ 10 ਸਾਲ ਕੈਦ ਹੋਣੀ ਸੀ, 12 ਸਾਲ ਉੱਦਾਂ 13 ਸਾਲ ਉੱਦਾਂ ਹੀ ਭੁਗਤ ਗਏ। ਉਸ ਦੇ ਬਾਵਜੂਦ ਹੀ ਜੱਜ ਨੇ 10,000 ਰੁਪਈਆ ਉਹਨਾਂ ਨੂੰ ਜੁਰਮਾਨਾ ਕਰ ਦਿੱਤਾ। ਸੋ ਬੜੀ ਅਸੀਂ ਬਦਕਿਸਮਤੀ ਦੇ ਵਿੱਚ ਨਿਕਲ ਰਹੇ ਹਾਂ। ਇਸ ਵੇਲੇ ਵੀ ਜੋ ਸਾਡੇ ਬੰਦੀ ਸਿੰਘਾਂ ਦਾ 30-30 ਸਾਲ ਹੋ ਗਏ ਅੰਦਰ, ਉਹਨਾਂ ਨੂੰ ਛੱਡਣ ਦੀ ਕੋਈ ਸਰਕਾਰ ਜਿਹੜੀ ਕਿਸੇ ਬੰਨੇ ਗੱਲ ਕਰਨ ਨੂੰ ਹੀ ਤਿਆਰ ਨਹੀਂ। ਹਰ ਕੋਈ ਸਾਡੀਆਂ ਆਪਣੀਆਂ ਪਾਰਟੀਆਂ ਵੀ ਜੇ ਕੋਈ ਕਿਸੇ ਬੰਨੇ ਕੋਈ ਗੱਲ ਚੱਲਦੀ ਹੈ ਤਾਂ ਜੀ ਇਹ ਤਾਂ ਰੋਟੀਆਂ ਸੇਕਦੇ ਨੇ, ਇਹ ਤਾਂ ਜੀ ਰਾਜਨੀਤੀ ਕਰਦੇ ਨੇ। ਹੁਣ ਇੱਕ ਮੋਰਚਾ ਲਾਇਆ ਹੈ, ਪਹਿਲੇ ਗੁਰਬਖਸ਼ ਸਿੰਘ ਨੇ ਲਾਇਆ ਸੀ, ਫਿਰ ਹੁਣ ਜਿਹੜਾ ਮੋਹਾਲੀ ਦੀ ਬਾਉਂਡਰੀ 'ਤੇ ਲੱਗਾ ਹੈ, ਉਹਦੇ 'ਚ ਕਿਹੜਾ ਰਾਜਨੀਤਿਕ ਆਦਮੀ ਆ, ਕੀ ਉਹਨਾਂ ਰਾਜਨੀਤੀ ਤੋਂ ਲੈਣਾ ਹੈ? ਪਰ ਫਿਰ ਵੀ ਪਰਮਾਤਮਾ ਦੇ ਕਿੱਡੇ ਰੰਗ ਨੇ। ਦੋ ਗੱਲਾਂ ਪੰਜਾਬ ਦੇ ਵਿੱਚ ਇਤਿਹਾਸ ਦਾ ਹਿੱਸਾ ਬਣ ਗਈਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਸਾਰੇ ਦਾ ਸਾਰਾ ਸਰਕਾਰ ਦਾ ਜ਼ੁਲਮ ਸੀ, ਟੈਰੋਰਿਜ਼ਮ ਜਿਹਨੂੰ ਅਸੀਂ ਉਹ ਕਹਿੰਦੇ ਅਸੀਂ ਟੈਰੋਰਿਸਟ ਸਾਜੇ ਸੀ, ਲੇਕਿਨ ਸਰਕਾਰ ਟੈਰੋਰਿਸਟ ਸੀ। ਸਰਕਾਰ ਸਾਰੀ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗੱਲਾਂ ਕਰਦੀਆਂ ਸੀ ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਜਾ ਸਕਦੀਆਂ। ਜੇ ਸਰਕਾਰ ਦੇ ਟੈਰੋਰਿਜ਼ਮ ਨੂੰ ਬੰਦ ਪਈ ਗਈ ਹੈ, ਜੇ ਉਹ ਮੁੱਕਿਆ ਹੈ, ਦੋ ਕਾਰਨ ਸਨ ਉਹਦੇ। ਇੱਕ ਬੇਅੰਤ ਸਿੰਘ ਦਾ ਸੋਧਾ, ਬੇਅੰਤ ਸਿੰਘ ਨੂੰ ਸੋਧਾ ਲਾਉਣਾ, ਜਦੋਂ ਬੇਅੰਤ ਸਿੰਘ ਮਾਰਿਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਹੈ ਟੈਰੋਰਿਜ਼ਮ ਖਤਮ ਹੋ ਗਿਆ ਸਰਕਾਰ ਦਾ ਜਿਹੜਾ ਸੀ। ਦੂਜਾ ਸੀ ਬੀਬੀ ਦਿਓਲ ਦਾ, KPS ਨੂੰ ਜੇ ਗਿੱਲ ਨੂੰ ਕੈਦ ਨਾ ਹੁੰਦੀ ਤਾਂ ਸ਼ਾਇਦ ਉਹ ਡਾਇਰੈਕਟਰ ਜਨਰਲ ਜਿਹੜਾ ਸੀ ਪੰਜਾਬ ਦਾ ਚੱਲਦਾ ਰਹਿੰਦਾ, ਅਤੇ ਚੱਲਦਾ ਰਹਿੰਦਾ ਤਾਂ ਉਹਦਾ ਟੈਰੋਰਿਜ਼ਮ ਜਿਹੜਾ ਸੀ ਜੋ ਅੱਗੇ ਕਤਲੇਆਮ ਉਹਨਾਂ ਆਪਣੇ ਸਮੇਂ ਕਰਵਾਇਆ ਸੀ ਉਹ ਜਾਰੀ ਰਹਿੰਦਾ। ਇਹ ਦੋਨੋਂ ਗੱਲਾਂ ਜਿਹੜੀਆਂ ਨੇ ਇਤਿਹਾਸਿਕ ਤੌਰ 'ਤੇ ਪੰਜਾਬ ਦੇ ਵਿੱਚ ਅਮਨ ਲਿਆਉਣ ਲਈ ਬਹੁਤ ਵੱਡੀਆਂ ਨੇ। ਉਹਦੇ 'ਚ ਕੁਰਬਾਨੀ ਜਿਹੜੀ ਹੈ ਨਵਜੋਤ ਸਿੰਘ ਔਰ ਉਹਦੇ ਸਾਥੀਆਂ ਦੀ ਹੈ, ਇਹਨੂੰ ਭੁੱਲਿਆ ਨਹੀਂ ਜਾ ਸਕਦਾ। ਬਹੁਤ ਵੱਡੀ ਕੁਰਬਾਨੀ ਸੀ ਇਹ, ਕੁਰਬਾਨੀ ਜਿਹੜੀ ਹੈਗੀ ਆ ਇਹ ਇਤਿਹਾਸ ਦਾ ਇੱਕ ਪੱਖ ਬਣ ਗਈ ਹੈ। ਐਡਾ ਵੱਡਾ ਕੇਸ ਲੈਣ ਲਈ ਸਰ ਗੁਰਤੇਜ ਸਿੰਘ ਜੀ ਬੈਠੇ ਨੇ, ਜਦੋਂ ਕੇਸ ਬਣਿਆ ਇਹਨਾਂ ਦੇ ਘਰ ਪਹਿਲੀ ਮੀਟਿੰਗ ਹੋਈ ਸੀ, ਇਹ ਪੰਥਕ ਕੇਸ ਇਹਨੂੰ ਇਕੱਲਾ ਆਦਮੀ ਨਹੀਂ ਲੜ ਸਕਦਾ, ਇਹਦੇ ਲਈ ਇੱਕ ਕਮੇਟੀ ਬਣਾਈ ਜਾਵੇ। ਕਮੇਟੀ ਬਣਾਈ ਗਈ, ਉਹ ਕਮੇਟੀ ਚੱਲੀ ਵੀ, ਉਹਨਾਂ ਨੇ ਕੇਸ ਚਲਾਇਆ ਵੀ, ਉਹਨਾਂ ਨੇ ਬੜੀ ਮਦਦ ਕੀਤੀ। ਸੋ ਇਸ ਤਰ੍ਹਾਂ ਪੰਥਕ ਗੱਲਾਂ 'ਚ ਐਡਾ ਵੱਡਾ ਕੇਸ, ਐਡੀਆਂ ਵੱਡੀਆਂ ਉਲਝਣਾਂ ਜਿਹੜੀਆਂ ਸੀ, ਉਹ ਪਰਮਾਤਮਾ, ਉਹ ਗੁਰੂ ਐਡੇ ਸਹਾਈ ਹੁੰਦੇ ਰਹੇ ਨੇ। ਮੌਕੇ 'ਤੇ ਮੌਕੇ ਕੋਈ ਨਾ ਕੋਈ ਸੱਜਣ, ਕੋਈ ਨਾ ਕੋਈ ਸੰਸਥਾ, ਕੋਈ ਨਾ ਕੋਈ ਜਿਹੜਾ ਸੀ ਪਰਿਵਾਰ ਅੱਗੇ ਆ ਜਾਂਦਾ ਸੀ, ਉਹ ਮਦਦ ਕਰ ਦਿੰਦਾ ਸੀ। ਆਮ ਤੌਰ 'ਤੇ ਇਹ ਖਿਆਲ ਕੀਤਾ ਜਾਂਦਾ ਹੈ, ਕਈ ਲੋਕ ਸਾਨੂੰ ਵੀ ਕਈ ਵਾਰ ਕਹਿ ਦਿੰਦੇ ਨੇ ਵੀ ਤੁਸੀਂ ਤਾਂ ਇਸ ਕੇਸ 'ਚੋਂ ਮਾਲਾ ਮਾਲ ਬਣ ਗਏ, ਤੁਸੀਂ ਬੜੇ ਪੈਸੇ ਇਕੱਠੇ ਕਰ ਲਏ, ਤੁਹਾਨੂੰ ਤਾਂ ਬਾਹਰੋਂ ਵੀ ਪੈਸੇ ਆਉਂਦੇ ਰਹੇ ਨੇ। ਹੱਸ ਲਈਦਾ ਉਹਨਾਂ ਦੇ ਕਹਿਣ 'ਤੇ, ਜੇ ਕਹਿੰਦੇ ਨੇ ਤਾਂ ਕੀ ਕਹੀਏ ਉਹਨਾਂ ਨੂੰ। ਇਸੇ ਕੇਸ ਦੇ ਵਿੱਚ SGPC ਵੱਲੋਂ ਟੌੜਾ ਸਾਹਿਬ ਇਸ ਵੇਲੇ ਜੀਵਤ ਨਹੀਂ, ਉਹਨਾਂ ਨੇ ਇੱਕ ਦਫ਼ਾ 1.5 ਲੱਖ ਰੁਪਈਆ ਦੇ ਕੇ ਗਏ ਸੀ ਵੀ ਤੁਸੀਂ ਇਹਦਾ ਜਿਹੜਾ ਹੈ ਕੇਸ ਚੱਲੋ। ਉਸ 1.5 ਲੱਖ ਤੋਂ ਸਿਵਾਏ ਕਿਸੇ ਸੰਸਥਾ ਨੇ ਨਾ ਪੈਸਾ ਦਿੱਤਾ, ਨਾ ਕਿਸੇ ਕੋਲ ਲਿਆ ਗਿਆ, ਨਾ ਕਿਸੇ ਕੋਲ ਮੰਗਿਆ ਗਿਆ। ਹਾਂ, ਕੁਝ ਸੇਵਾਵਾਂ ਜਿਸ ਤਰ੍ਹਾਂ ਚੌੜਾ ਸਾਹਿਬ ਜਾਣਦੇ ਨੇ, ਜਦੋਂ ਹਾਈਕੋਰਟ ਅਪੀਲ ਕੀਤੀ ਹੈ, ਕੁਛ ਪੈਸੇ ਚਾਹੀਦੇ ਸੀ, ਇਹਨਾਂ ਨੇ ਇਕੱਠੇ ਕਰਕੇ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ। ਇਹ ਮੇਰੇ ਕੋਲ ਆਏ ਪੈਸੇ ਲੈ ਕੇ, ਫੀਸ ਨੂੰ ਵਕੀਲ ਨੂੰ ਫੀਸ ਦੇਣੀ ਆ, ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਚਲੇ ਜਾਓ ਉੱਥੇ, ਮੈਂ ਟੈਲੀਫੋਨ ਕਰ ਦਿੱਤਾ ਵੀ ਜੀ ਤੁਸੀਂ ਆਪ ਫੀਸ ਲੈ ਲਿਓ, ਇਹ ਉੱਥੇ ਦੇ ਕੇ ਅਤੇ ਆਪ ਵਾਪਸ ਆ ਗਏ।
ਸੋ ਇਸ ਤਰ੍ਹਾਂ ਦੀ ਪੰਥਕ ਉਲਝਣ ਦੇ ਵਿੱਚੋਂ ਅਸੀਂ ਨੰਗੇ ਹਾਂ, ਲੰਘ ਰਹੇ ਹਾਂ, ਲੇਕਿਨ ਫਿਰ ਵੀ ਸਾਡੇ ਜੋ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੋਣ ਕਰਕੇ ਸਾਡੇ 'ਤੇ ਉਹਨਾਂ ਦੀ ਕਿਰਪਾ ਹੈ, ਅਸੀਂ ਹੌਸਲਾ ਨਹੀਂ ਛੱਡਦੇ। ਅਸੀਂ ਪਰਮਾਤਮਾ ਦੇ ਪਾਤਸ਼ਾਹ ਹੋਣ ਕਰਕੇ ਜਿਹੜਾ ਹੈ, ਜਿਹੜੀ ਜਬਰ ਹੈ, ਜਿਹੜੀ ਅਤਿਆਚਾਰ ਸਰਕਾਰ ਹੈ, ਉਹਦੇ ਨਾਲ ਲੜਨ ਦੀ ਗੱਲ ਕਰਦੇ ਹਾਂ। ਇਹਦੀ ਉਦਾਹਰਣ ਸਾਡੇ ਕੋਲ ਹੈਗੀ ਆ ਵੀ ਪੰਜਾਬ ਅਜੇ ਵੀ ਖੇਤੀਬਾੜੀ ਕਾਨੂੰਨਾਂ ਦੇ ਵਿੱਚ ਸਾਰੇ ਮੁਲਕ ਨੂੰ ਜਿਹੜਾ ਹੈ ਅਗਵਾਈ ਦੇ ਰਿਹਾ ਹੈ ਵੀ ਤੁਸੀਂ ਗੈਰ ਕਾਨੂੰਨੀ ਨਹੀਂ ਕਰ ਸਕਦੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਇਸ ਪਰਿਵਾਰ 'ਤੇ ਆਪਣਾ ਜਿਹੜਾ ਹੈ ਜਿਹੜਾ ਹੱਥ ਰੱਖਣ, ਤਾਂ ਕਿ ਵੀਰ ਨਵਜੋਤ ਸਿੰਘ ਔਰ ਉਸਦੇ ਪਰਿਵਾਰ ਨੂੰ ਜਿਹੜਾ ਹੈ ਚੜ੍ਹਦੀ ਕਲਾ 'ਚ ਰੱਖਣ। ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਬਹੁਤ ਵੱਡੀਆਂ ਕੁਸ਼ਟਾਈਆਂ ਦੇ ਵਿੱਚੋਂ ਰਹੇ ਨੇ, ਸਮਾਜਿਕ ਤੌਰ 'ਤੇ, ਪੰਥ ਦੇ ਤੌਰ 'ਤੇ, ਇਨਸਾਨ ਦੇ ਤੌਰ 'ਤੇ। ਸਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ, ਹੁਣ ਸਰਦਾਰ ਗੁਰਤੇਜ ਸਿੰਘ ਹੁਣਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕਰਨ, ਅਤੇ ਸਰਦਾਰ ਤਰਲੋਕ ਸਿੰਘ ਹੁਣਾਂ ਨੂੰ ਸ਼ਰਧਾਂਜਲੀ ਭੇਟ ਕਰਨ। ਸਰਦਾਰ ਗੁਰਤੇਜ ਸਿੰਘ। ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ। ਮੈਨੂੰ ਉਹ ਦਿਨ ਯਾਦ ਹਨਗੇ ਜਦੋਂ ਕਿ ਨਵਜੋਤ ਨੂੰ ਫੜਿਆ ਗਿਆ ਸੀਗਾ, ਅਤੇ ਇੱਕ ਇਮੀਡੀਏਟ ਜਿਹੜਾ ਇਸਦਾ ਕਾਰਨ ਸੀ ਉਹ ਇਹ ਸੀ ਕਿ 19 ਸੈਕਟਰ ਦੇ ਵਿੱਚ ਇੱਕ ਮੀਟਿੰਗ ਹੋਈ ਜਿੱਥੇ ਸਿੱਖਾਂ ਨੇ ਆਪਣੇ ਭਵਿੱਖ ਦੇ ਬਾਰੇ ਵਿਚਾਰ ਕਰਨੀ ਸੀ। ਉਸ ਦੇ ਵਿੱਚ ਇਹਨਾਂ ਦਾ ਨਾਂ ਦੇਖ ਕੇ ਅਤੇ ਇਹਨਾਂ ਨੂੰ ਉਹਨਾਂ ਨੇ ਦੂਸਰੇ ਕੇਸਿਸ ਦੇ ਵਿੱਚ ਉਲਝਾ ਲਿਆ। ਇਸ ਤਰ੍ਹਾਂ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਉਲਝਾਇਆ ਗਿਆ ਔਰ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਗਈਆਂ ਹਨ, ਬੜੀ ਮੁਸ਼ੱਕਤ ਦੇ ਨਾਲ, ਬੜੀ ਮਿਹਨਤ ਦੇ ਨਾਲ, ਸਾਧਨਾ ਦੇ ਨਾਲ ਇਹ ਮਨੁੱਖ ਦਾ ਸਰੀਰ ਮਿਲਦਾ ਹੈ, ਜਿਸ ਨੂੰ ਸਫਲ ਕਰਨਾ ਸਾਡਾ ਫਰਜ਼ ਹੁੰਦਾ ਹੈ। ਔਰ ਉਹਨਾਂ ਨੂੰ ਉਹ ਆਪਣੇ ਆਪ ਦੇ ਉੱਤੇ ਇਹ ਕੰਟਰੋਲ ਵੀ ਸਰਕਾਰ ਨੇ ਖੋਲ੍ਹਿਆ ਤਾਂ ਕਿ ਉਹ ਆਪਣੇ ਜੀਵਨ ਬਤੀਤ ਕਰ ਲੈਣ ਚੰਗੀ ਤਰ੍ਹਾਂ, ਚੰਗੇ ਸ਼ਹਿਰੀ ਬਣ ਕੇ ਔਰ ਪਰਮਾਤਮਾ ਦੀ ਮਨਸ਼ਾ ਦੇ ਅਨੁਸਾਰ ਲੋਕਾਂ ਦੀ ਸੇਵਾ ਕਰ ਸਕਣ। ਇਹ ਵੀ ਉਹਨਾਂ ਕੋਲੋਂ ਹੱਕ ਖੋਲ੍ਹਿਆ। ਇਹ ਇਨਸਾਫ ਜਿਸ ਤਰ੍ਹਾਂ ਦਾ ਹੈ ਚਹਿਲ ਸਾਹਿਬ ਦੱਸ ਚੁੱਕੇ ਨੇ, ਇਹ ਮੇਰੇ ਨਾਲੋਂ ਬਿਹਤਰ ਜਾਣਦੇ ਨੇ। ਬਹੁਤ ਦੇਰ ਤੱਕ ਇਹਨਾਂ ਨੇ ਸਾਰਾ ਕੁਛ ਦੇਖਿਆ, ਹੰਢਾਇਆ ਕੁਛ ਕੇਸਿਸ, ਕਿਉਂਕਿ ਅਸੀਂ ਲੋਕ ਕੁਛ ਸੰਬੰਧਿਤ ਸਾਂ ਉਸ ਕਮੇਟੀ ਨਾਲ ਜਿਹੜੀ ਕਿ ਇਹਨਾਂ ਦੇ ਬਾਰੇ ਵਿਚਾਰ ਕਰਦੀ ਸੀ, ਉਹ ਮੇਰੇ ਵੀ ਮਨ ਦੇ ਵਿੱਚ ਹਨ। ਹੁਣ ਸਰਦਾਰ ਤਰਲੋਕ ਸਿੰਘ ਆਪਣਾ ਸਾਰਾ ਜੀਵਨ, ਜਦੋਂ ਕਿ ਉਹਨਾਂ ਦਾ ਆਰਾਮ ਕਰਨ ਦਾ ਸਮਾਂ ਸੀ, ਜਦੋਂ ਕਿ ਉਹਨਾਂ ਦਾ ਸੰਸਾਰ ਦੇ ਲੋਕਾਂ ਵਾਸਤੇ ਕੁਛ ਦੇਣ ਦਾ ਸਮਾਂ ਸੀ, ਉਹਨਾਂ ਨੂੰ ਇਸ ਤਰ੍ਹਾਂ ਉਲਝਾ ਲਿਆ ਗਿਆ। ਔਰ ਇਹ ਨੌਜਵਾਨ ਬੱਚਾ ਜਿਸਨੇ ਬੜਾ ਹੋਣਹਾਰ ਸੀ ਔਰ ਜਿਸਨੇ ਆਪਣਾ ਸਮਾਜ ਦੇ ਵਿੱਚ ਹਿੱਸਾ ਪਾਉਣਾ ਸੀ ਤਰੱਕੀ ਵਾਸਤੇ, ਉਸ ਨੂੰ ਵੀ ਇਸ ਤਰ੍ਹਾਂ ਉਲਝਾ ਕੇ ਖੱਜਲ ਖੁਆਰ ਕੀਤਾ ਗਿਆ। ਇਹ ਨਿਆਂ ਜਿਹੜਾ ਇਸ ਕਿਸਮ ਦਾ ਹੈ, ਇਹਦੇ ਨਾਲ ਕਿਸ ਦਾ ਭਲਾ ਹੋਏਗਾ ਮੈਨੂੰ ਨਹੀਂ ਪਤਾ। ਮੈਨੂੰ ਲੱਗਦਾ ਹੈ ਕਿ ਦੋ ਗੱਲਾਂ
ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਇੱਕ ਤਾਂ ਇਹ ਕਿ ਸਾਡੇ ਅਸੀਂ ਲੋਕ ਜਿਹੜੇ ਇਸ ਨਿਆਂ ਦੀ ਤੱਕੜੀ ਦੇ ਪੁੱਠੇ ਪਾਸੇ ਲਟਕੇ ਹੋਏ ਹਾਂ, ਉਹਨਾਂ ਦੇ ਵਿੱਚ ਕੁਝ ਥੋੜ੍ਹਾ ਜਿਹਾ ਉਹ ਮਾਦਾ ਚਾਹੀਦਾ ਹੈ ਕਿ ਅਸੀਂ ਆਪਣੇ ਸਿਚੁਏਸ਼ਨ ਨੂੰ, ਆਪਣੇ ਹਾਲਾਤ ਨੂੰ ਪਰਖ ਕੇ, ਵੇਖ ਕੇ ਔਰ ਇਸ ਦੇ ਅਨੁਸਾਰ ਆਪਣਾ ਜੀਵਨ ਦਾ ਜਿਹੜਾ ਰੁੱਖ ਹੈ ਉਸ ਨੂੰ ਘੜ ਸਕੀਏ। ਔਰ ਅਸੀਂ ਦੂਸਰਾ ਪੱਖ ਜਿਹੜਾ ਹੈਗਾ ਉਹ ਸਰਕਾਰ ਦਾ ਪੱਖ ਹੈ ਜਾਂ ਲੋਕਾਂ ਦਾ, ਜਿਹੜੇ ਰਾਜ ਕਰ ਰਹੀ ਜਮਾਤ ਹੈ ਉਸ ਦਾ ਪੱਖ ਹੈ। ਜਿਹੜੀ ਰਾਜ ਕਰ ਰਹੀ ਜਮਾਤ ਹੈ ਇਸ ਦੇ ਬਾਰੇ ਮੈਂ ਇੰਨੀ ਗੱਲ ਹੀ ਕਹਿਣੀ ਹੈ ਕਿ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਜਿਹੜੀ ਰਾਜਸੀ ਸੱਤਾ ਹੈ ਅਤੇ ਜਿਹੜਾ ਇਸ ਦਾ ਸੁੱਖ ਮਾਣਨਾ ਹੈ ਆ ਸੰਸਾਰ ਦੇ ਕਰਮ ਕਾਂਡਾਂ ਦੇ ਵਿੱਚ ਅਤੇ ਹੋਰ ਜਿਹੜੇ ਇੱਥੇ ਮਾਇਆ ਦੇ ਸੁੱਖ ਮਾਣਨੇ, ਇਹੀ ਸਰਕਾਰ ਹੈ, ਇਹੀ ਕੰਮ ਹੈ ਸਰਕਾਰ ਦਾ ਔਰ ਇਹੀ ਇਹ ਕਰਨਾ ਚਾਹੁੰਦੇ ਨੇ। ਜਿਹੜੇ ਅਸੀਂ ਸਿੱਖ ਲੋਕ ਹਾਂ, ਸਾਨੂੰ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਕਿ ਭਾਈ ਇਹ ਸੰਸਾਰ ਜਿਹੜਾ ਹੈ ਇਹ ਸੱਚੇ ਦੀ ਕੋਠੜੀ ਹੈ, ਇਸ ਦੇ ਵਿੱਚ ਸੱਚ ਧਰਮ ਨਿਆਂ ਦਾ ਨਿਆਂ ਦੀ ਪ੍ਰੈਕਟਿਸ ਕਰਨੀ ਹੈ। ਇਹ ਧਰਤੀ ਧਰਮਸਾਲ ਬਣਾਈ ਹੈ ਸੱਚੇ ਪਾਤਸ਼ਾਹ ਨੇ ਔਰ ਧਰਮਸਾਲ ਦੇ ਵਿੱਚ ਅਸੀਂ ਆਪਣੇ ਜਿਹੜੇ ਧਰਮ ਦੀ ਪ੍ਰੈਕਟਿਸ ਜਿਹੜੀ ਹੈ ਸਾਡੀ ਉਹ ਚੱਲਣੀ ਚਾਹੀਦੀ ਹੈ। ਇਹ ਅਸੀਂ ਇਹ ਵਿਚਾਰ ਲੈ ਕੇ ਇੱਥੇ ਆਉਂਦੇ ਹਾਂ। ਔਰ ਸੱਚੇ ਪਾਤਸ਼ਾਹ ਦਾ ਕੀ ਹੁਕਮ ਹੈ? ਉਸ ਦਾ ਹੁਕਮ ਹੈ ਕਿ ਸਾਰੇ ਉਹ ਸਾਡਾ ਮਾਤਾ ਹੈ, ਸਾਡਾ ਪਿਤਾ ਹੈ, ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਬਾਰ ਬਾਰ ਅਸੀਂ ਪੜ੍ਹਦੇ ਹਾਂ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ ਔਰ ਉਸ ਦੇ ਬਦਲੇ ਅਸੀਂ ਉਸ ਨੂੰ ਪਿਆਰ ਕਰਨਾ। ਜਿਸ ਵੇਲੇ ਭਾਈ ਕਨ੍ਹਈਆ ਨੂੰ ਦਸਵੇਂ ਪਾਤਸ਼ਾਹ ਨੇ ਬੁਲਾਇਆ, ਦਸਵੇਂ ਪਾਤਸ਼ਾਹ ਦੇ ਸਾਹਮਣੇ ਉਸ ਨੂੰ ਪੇਸ਼ ਕੀਤਾ ਗਿਆ ਔਰ ਕਿਹਾ ਗਿਆ ਕਿ ਜੀ ਇਹ ਦੁਸ਼ਮਣਾਂ ਨੂੰ ਪਾਣੀ ਪਿਆ ਰਿਹਾ, ਉਹਨਾਂ ਨੂੰ ਤਾਜ਼ਾ ਦਮ ਕਰ ਰਿਹਾ ਸਾਡੇ ਨਾਲ ਲੜਨ ਵਾਸਤੇ। ਤਾਂ ਉਸ ਨੂੰ ਪੁੱਛਿਆ ਕਿ ਭਾਈ ਇਹ ਤੂੰ ਕਿਉਂ ਕਰਦਾ? ਕਹਿੰਦਾ ਜੀ ਮੈਨੂੰ ਤਾਂ ਕੋਈ ਦੁਸ਼ਮਣ ਦਿਸਦਾ ਨਹੀਂ, ਗੁਰਬਾਣੀ ਦਾ ਇਹੋ ਹੀ ਪ੍ਰਚਾਰ ਹੈ ਨਾ, ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗਮ ਕੋ ਬਣਾਈ। ਮੈਨੂੰ ਤਾਂ ਕੋਈ ਦੁਸ਼ਮਣ ਨਹੀਂ ਦਿਸਦਾ, ਮੈਨੂੰ ਤਾਂ ਜਿੱਥੇ ਮੈਂ ਦੇਖਦਾ ਉੱਥੇ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਸ਼ਕਲ ਦਿਸਦੀ ਹੈ, ਉੱਥੇ ਗੁਰੂ ਹੀ ਗੁਰੂ ਦਿਸਦਾ। ਤਾਂ ਇਹ ਸਾਡੀ ਮਨਸ਼ ਹੈ, ਇਹ ਸਾਡਾ ਧਰਮ ਹੈ, ਇਹ ਸਾਡੀ, ਅਸੀਂ ਇਸ ਨੂੰ ਕਮਾਉਣ ਵਾਸਤੇ ਇਸ ਸੰਸਾਰ ਦੇ ਉੱਤੇ ਆਏ ਹਾਂ। ਔਰ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਐਸ਼ ਕਰਨ ਵਾਸਤੇ, ਬਾਬਰ ਕਹਿੰਦਾ ਸੀਗਾ, ਬਾਬਰ ਨਾਮੇ ਦੇ ਵਿੱਚ ਲਿਖਦਾ ਹੈ, ਬਾਬਰ ਵਾ ਐਸ਼ ਕੋਸ਼ ਆਲਮ ਦੁਬਾਰਾ ਨੇਸਤ, ਇਹ ਦੁਨੀਆ ਦੁਬਾਰਾ ਨਹੀਂ ਮਿਲਣੀ, ਇੱਥੇ ਐਸ਼ ਕਰ। ਇਹ ਜਿਹੜੇ ਐਸ਼ ਕਰਨ ਵਾਸਤੇ ਆਏ ਨੇ ਇਹਨਾਂ ਦੇ ਐਸ਼ ਦੇ ਜਿਹੜੇ ਮਿਆਰ ਹਨਗੇ ਉਹ ਸਾਰੇ ਸੰਸਾਰ ਤੋਂ ਵੱਖਰੇ ਹਨਗੇ। ਇਹ ਲੋਕ ਚਾਹੁੰਦੇ ਨੇ ਕਿ ਦੁਨੀਆ ਨੂੰ ਦਬਾ ਕੇ ਰੱਖੋ, ਆਪਣੇ ਪੈਰਾਂ ਦੇ ਹੇਠ ਨੱਪ ਕੇ ਰੱਖੋ, ਜੁੱਤੀ ਦੇ ਵਿੱਚ ਇਹਨਾਂ ਨੂੰ ਪਾਣੀ ਪਿਲਾਓ। ਆ ਜਿਸ ਤਰ੍ਹਾਂ ਰੋਜ਼ ਆਪਾਂ ਸੋਸ਼ਲ ਮੀਡੀਆ ਉੱਤੇ ਵੇਖਦੇ ਹਾਂ ਔਰ ਇਸ ਕਿਰਿਆ ਕਰਮ ਦੇ ਵਿੱਚ ਜਿਹੜਾ ਉਹਨਾਂ ਦਾ ਜੋ ਆਪਣਾ ਉਹ ਸਿਆਸਤ ਦਾ ਧਰਮ ਸਮਝਦੇ ਨੇ ਉਸ ਦੇ ਵਿੱਚ ਇੱਕ ਵੱਡੀ ਬਾਧਾ ਬਣ ਕੇ ਅਸੀਂ ਖੜ੍ਹੇ ਹੋ ਜਾਂਦੇ ਹਾਂ, ਇੱਕ ਵੱਡੀ ਰੁਕਾਵਟ ਬਣਦੇ ਹਾਂ। ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਪਿਆਰ ਕਰਨਾ ਹੈ, ਜਿਨ੍ਹਾਂ ਨੇ ਉਹਨਾਂ ਮਜ਼ਲੂਮਾਂ ਨੂੰ ਪਿਆਰ ਕਰਨਾ ਹੈ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਜੇ ਕਿਸੇ ਬਹਾਨੇ ਦੇ ਉੱਤੇ ਕਿਸੇ ਦਾ ਸਿਰ ਵੱਢਿਆ ਜਾ ਰਿਹਾ, ਕਿਸੇ ਨੂੰ ਗਲੀਆਂ ਦੇ ਵਿੱਚ ਖੜ੍ਹਾ ਕਰਕੇ ਕਤਲ ਕੀਤਾ ਜਾ ਰਿਹਾ, ਹਜੂਮੀ
ਭੀੜਾਂ ਵੱਲੋਂ, ਜਿਵੇਂ ਸਾਡੇ ਦਿੱਲੀ ਦੇ ਵਿੱਚ ਹਜ਼ਾਰਾਂ ਸਿੰਘਾਂ ਨੂੰ ਔਰ ਬਾਕੀ ਸਾਰੇ ਮੁਲਕ ਦੇ ਵਿੱਚ ਇਸ ਤਰ੍ਹਾਂ ਕਤਲ ਹੋਇਆ ਸੀ 84 ਦੇ ਵਿੱਚ, ਫਿਰ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਕੀ ਕਰਨੀ, ਆਪਾਂ ਸਾਰਿਆਂ ਦੇ ਮਨਾਂ ਦੇ ਵਿੱਚ ਉਹ ਨਸੂਰ ਸਦਾ ਹੀ ਫੁੱਟਦਾ ਕਾਇਮ ਰਹੇਗਾ ਅਤੇ ਫੁੱਟਦਾ ਰਹੇਗਾ, ਉਹਨੂੰ ਕਦੇ ਅਸੀਂ ਭੁੱਲ ਨਹੀਂ ਸਕਦੇ। ਤਾਂ ਇਹ ਜਿਹੜਾ ਅਸੀਂ ਲੋਕ ਹੁਣ ਚਹਿਲ ਸਾਹਿਬ ਕਹਿ ਰਹੇ ਸਨ ਕਿ ਅੱਜ ਵੀ ਜਿਹੜੇ ਸਾਡੇ ਕਿਸਾਨ ਲੋਕ ਹਨਗੇ, ਇਹ ਅੱਜ ਵੀ ਸਾਡੇ ਕਿਸਾਨ ਇਤਿਹਾਸ ਬਣਾ ਰਹੇ ਨੇ। ਅਮਰੀਕਾ ਨੂੰ ਸਮਝ ਨਹੀਂ ਆਈ, ਅਮਰੀਕਾ ਦੇ ਕਿਸਾਨਾਂ ਨੂੰ ਸਮਝ ਨਹੀਂ ਆਈ, ਉਹ ਨਿਹੱਥਲ ਹੋ ਗਏ ਅਤੇ ਸੜਕਾਂ ਦੇ ਉੱਤੇ ਰੁਲ ਰਹੇ ਨੇ। ਉਹਨਾਂ ਨੂੰ ਕਾਗਜ਼ਾਂ ਦੇ ਜਿਹੜੇ ਅਖਬਾਰਾਂ ਦੇ ਢੇਰਾਂ ਦੇ ਉੱਤੇ ਸੁੱਤਿਆਂ ਅਤੇ ਟੈਂਟਾਂ ਦੇ ਵਿੱਚ ਮੈਂ ਵੀ ਵੇਖਿਆ ਕਈ ਵਾਰੀ। ਸਿਰਫ ਪੰਜਾਬ ਦੇ ਲੋਕਾਂ ਨੂੰ ਸਮਝ ਆਈ, ਸਿਰਫ ਸਿੱਖਾਂ ਨੂੰ ਸਮਝ ਆਈ, ਕਿਉਂਕਿ ਇਹ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਸਨ ਔਰ ਇਹਨਾਂ ਨੇ ਉਹ ਸੰਸਾਰ ਦਾ ਸੰਸਾਰ ਦੇ ਉੱਤੇ ਉਹ ਰੀਤ ਚਲਾਈ। ਤੁਸੀਂ ਦੇਖ ਰਹੇ ਹੋ ਕਿ ਹੁਣ ਅਮਰੀਕਾ ਦੇ ਵਿੱਚ, ਫਰਾਂਸ ਦੇ ਵਿੱਚ, ਯੂਰਪ ਦੇ ਵਿੱਚ ਉਹ ਟਰੈਕਟਰ ਮਾਰਚ ਅਤੇ ਹੋਰ ਸਾਰਾ ਕੁਛ ਉਹੀ ਚੱਲ ਰਿਹਾ। ਤਾਂ ਇਹ ਗੁਰੂ ਸਾਹਿਬ ਦੀ ਮਿਹਰ ਸੀ ਕਿ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਅੱਜ ਵੀ ਇਤਿਹਾਸ ਘੜ ਰਹੇ ਹਾਂ। ਜਿਸ ਹਾਲਤ ਦੇ ਵਿੱਚ ਹਾਂ, ਅਸੀਂ ਅੱਜ ਵੀ ਇਤਿਹਾਸ ਘੜ ਰਹੇ ਹਾਂ ਔਰ ਅਸੀਂ ਇਤਿਹਾਸ ਘੜਨਾ ਹੈ। ਅਸੀਂ ਸਾਰੇ ਜਿਹੜੀ ਗੁਰੂ ਸਾਹਿਬ ਵਾਰ ਵਾਰ ਅਸੀਂ ਖਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ, ਅਸੀਂ ਉਹ ਫਤਿਹ ਹਾਸਲ ਕਰਨੀ ਹੈ ਜਿਹੜੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਔਰ ਉਸਦੇ ਲੋਕ ਜੀਵਨ ਦੀ ਵਾਸਤੇ ਸਹਾਈ ਹੋਵੇ, ਜਿਸ ਦੇ ਵਿੱਚ ਸਾਰਿਆਂ ਨੂੰ ਪਰਮਾਤਮਾ ਦਾ ਨਿੱਘ, ਪਰਮਾਤਮਾ ਦੀ ਸਰਪ੍ਰਸਤੀ ਹਾਸਲ ਹੋਵੇ। ਅਸੀਂ ਉਸ ਫਤਿਹ ਹੋਣ ਤੱਕ, ਅਕਾਲ ਫਤਿਹ ਤੱਕ ਇਹ ਜਿਹੜਾ ਧਰਮ ਯੁੱਧ ਸਾਡਾ ਚੱਲਿਆ ਹੈ, ਇਸ ਨੂੰ ਅਸੀਂ ਕਾਇਮ ਰੱਖਣਾ ਹੈ। ਇਹਨਾਂ ਲੋਕਾਂ ਨੇ ਜਿਹੜੇ ਦੂਸਰੀ ਵਿਰੋਧੀ ਸ਼ਕਤੀਆਂ ਹਨਗੀਆਂ, ਜਿਵੇਂ ਬੇਅੰਤ ਸਿੰਘ ਸੀ, ਕਿਸ ਕਿਸਮ ਦੇ ਜ਼ੁਲਮ ਉਸ ਸਮੇਂ ਦੇ ਵਿੱਚ ਹੋਏ ਕਹਿ ਨਹੀਂ ਸਕਦੇ। ਵਾਰ ਵਾਰ ਉਹਨਾਂ ਨੂੰ ਯਾਦ ਕਰਦਿਆਂ ਵੀ ਬਹੁਤ ਤਕਲੀਫ ਹੁੰਦੀ ਹੈ ਸੁਣਨ ਵਾਲੇ ਨੂੰ ਅਤੇ ਕਰਨ ਵਾਲੇ ਨੂੰ ਵੀ। ਇਹ ਤਕਲੀਫਾਂ ਦੁੱਖ ਅਸੀਂ ਝੱਲਨੇ, ਲੇਕਿਨ ਸਾਨੂੰ ਇੱਕੋ ਹੀ ਬੇਨਤੀ ਹੈ ਮੇਰੀ ਇਹ ਸੰਗਤ ਨੂੰ ਕਿ ਸਰਦਾਰ ਤਰਲੋਕ ਸਿੰਘ ਵਰਗੇ ਜਿਹੜੇ ਲੋਕ ਸਨ ਜਿਨ੍ਹਾਂ ਨੇ ਇਹ ਦੁੱਖ ਹੰਡਾਇਆ, ਜਾਂ ਨਵਜੋਤ ਵਰਗੇ ਜਿਨ੍ਹਾਂ ਨੇ ਬਹੁਤ ਸੰਸਾਰ ਦੇ ਵਿੱਚ ਆਪਣਾ ਹਿੱਸਾ ਪਾਉਣਾ ਸੀ ਇਸ ਨੂੰ ਉੱਚਾ ਚੁੱਕਣ ਵਾਸਤੇ, ਉਹ ਰਹਿ ਗਏ, ਵਿਰਵੇ ਰਹਿ ਗਏ। ਇਹਨਾਂ ਦੇ ਸਾਰੇ ਜਿਹੜੇ ਦੁਸ਼ਮਣਾਂ ਦੇ ਮਨਸੂਬੇ ਹਨ ਉਹ ਕਾਮਯਾਬ ਹੋਏ ਐਤਕੀ ਵਾਰੀ, ਲੇਕਿਨ ਅਗਲੀ ਵਾਰੀ ਅਸੀਂ ਕਾਮਯਾਬ ਨਾ ਹੋਣ ਦੇਈਏ। ਅਗਲੀ ਵਾਰੀ ਅਸੀਂ ਇਹੋ ਜਿਹੇ ਲੀਡਰ ਚੁਣੀਏ ਆਪਣੇ ਜਿਹੜੇ ਇਹਨਾਂ ਗੱਲਾਂ ਦੇ ਬਾਰੇ ਜਾਗਰੂਕ ਹੋਣ ਔਰ ਸਾਡੇ ਕੌਮ ਨੂੰ, ਸਾਡੇ ਸਮਾਜ ਨੂੰ, ਸਾਡੇ ਧਰਮ ਨੂੰ, ਸਾਡੀ ਜਿਹੜੀ ਗੁਰੂ ਸਾਹਿਬ ਦੇ ਵੱਲੋਂ ਲਾਈ ਹੋਈ ਡਿਊਟੀ ਹੈ, ਇਸ ਨੂੰ ਲੋਕਾਂ ਨੂੰ ਸਮਝਾ ਕੇ ਦੱਸ ਸਕਣ ਕਿ ਅਸੀਂ ਲੋਕ ਸਭ ਦਾ ਭਲਾ ਚਾਹੁੰਦੇ ਹਾਂ ਔਰ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਔਰ ਕਾਨੂੰਨ ਦੀਆਂ ਤੱਕੜੀਆਂ ਦੇ ਵਿੱਚ ਪਾਸਕੂ ਰੱਖਣੇ ਸਾਡੇ ਵਾਸਤੇ ਜਾਇਜ਼ ਨਹੀਂ। ਇਹ ਸਾਡੀ ਲੀਡਰਸ਼ਿਪ ਦਾ ਫਰਜ਼ ਸੀ, ਲੇਕਿਨ ਲੀਡਰਸ਼ਿਪ ਸਾਡੀ ਇਹ ਨਾ ਸਮਝਾ ਸਕੀ ਅਤੇ ਇਹਨਾਂ ਸਮਿਆਂ ਦੇ ਵਿੱਚ ਅਸੀਂ ਦੁੱਖ ਪਾਇਆ। ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਅਗਾਂਹ ਨੂੰ ਅਸੀਂ ਇਹੋ ਜਿਹੇ ਲੀਡਰ ਚੁਣੀਏ ਜਿਹੜੇ ਕਿ ਸਾਰੇ ਸੰਸਾਰ ਨੂੰ ਦੱਸ ਸਕਣ ਸਿੱਖੀ ਦਾ ਮਕਸਦ ਕੀ ਹੈ ਔਰ ਉਹ ਮਕਸਦ ਸਾਰੇ ਸੰਸਾਰ ਦੇ ਭਲੇ ਦੇ ਵਾਸਤੇ ਹੈ। ਅਸੀਂ ਦੋ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ
ਔਰ ਅਸੀਂ ਇਹ ਯੁੱਧ ਜਾਰੀ ਰੱਖਣਾ ਇਸ ਲਈ ਨਹੀਂ ਕਿ ਇਹ ਇਨਸਾਨੀਅਤ ਦੇ ਤੌਰ 'ਤੇ ਵੀ ਜਾਰੀ ਰਹਿਣਾ ਚਾਹੀਦਾ, ਇਸ ਲਈ ਕਿ ਅਸੀਂ ਅਕਾਲ ਪੁਰਖ ਦੀ ਫੌਜ ਹਾਂ। ਉਸ ਦਾ ਹੁਕਮ ਹੈ ਕਿ ਮੇਰੀ ਫੌਜ ਮੇਰੇ ਹੁਕਮ ਨੂੰ ਸੰਸਾਰ ਦੇ ਵਿੱਚ ਲਾਗੂ ਕਰੇਗੀ, ਜਿਹੜਾ ਕਿ ਸਰਵ ਕਲਿਆਣਕਾਰੀ ਹੁਕਮ ਹੈ। ਅਸੀਂ ਉਸ ਨੂੰ ਲਾਗੂ ਕਰਨ ਵਾਸਤੇ ਵਚਨਬੱਧ ਹਾਂ ਔਰ ਇਸ ਵਾਸਤੇ ਦਾੜੀ ਕੇਸ ਰੱਖੇ ਹੋਏ ਨੇ। ਸਾਡੀ ਮਜਬੂਰੀ ਹੈ, ਸਾਨੂੰ ਤੁਸੀਂ ਸਾਡੇ ਨਾਲ ਅਨਿਆਂ ਨਾ ਕਰੋ, ਸਾਡੀ ਗੱਲ ਨੂੰ ਸੁਣੋ, ਔਰ ਇਹ ਸਾਰਿਆਂ ਦੇ ਭਲੇ ਦੇ ਵਾਸਤੇ ਹੈ। ਸੋ ਇਹੋ ਜਿਹੇ ਲੀਡਰ ਸਾਨੂੰ ਚਾਹੀਦੇ ਸੀਗੇ, ਇਹੋ ਜਿਹੇ ਹੁਣ ਚੁਣ ਕੇ ਤੁਸੀਂ ਭੇਜੋਗੇ ਤਾਂ ਜ਼ਰੂਰ ਇਹ ਜਿਹੜੀ ਤ੍ਰਾਸਦੀ ਹੈ ਸਾਡੀ ਖਤਮ ਹੋਏਗੀ ਅਤੇ ਗੁਰੂ ਮਹਾਰਾਜ ਮਿਹਰ ਕਰਨਗੇ। ਅਕਾਲ ਪੁਰਖ ਦਾ ਜਿਹੜਾ ਅਸਲ ਅੰਦੇਸ਼ਾ ਹੈ ਸਾਨੂੰ ਸੰਸਾਰ 'ਤੇ ਭੇਜਣ ਦਾ, ਇਸ ਪੰਥ ਨੂੰ ਸਾਜਣ ਦਾ, ਉਹ ਪੂਰਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਦਲਜੀਤ ਸਿੰਘ ਹੁਣਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਇਸ ਤੋਂ ਬਾਅਦ ਇੱਕ ਬੁਲਾਰੇ ਸਾਡੇ ਕੋਲ ਹੋਰ ਨੇ ਅਤੇ ਜਿੰਨੀਆਂ ਹਾਜ਼ਰ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਭਾਈ ਨਵਜੋਤ ਸਿੰਘ ਹੁਣਾਂ ਨੂੰ ਦਸਤਾਰ ਵੀ ਭੇਟ ਕੀਤੀ ਜਾਣੀ ਹੈ। ਭਾਈ ਦਲਜੀਤ ਸਿੰਘ ਜੀ ਨੂੰ ਬੇਨਤੀ ਹੈ। ਗੁਰੂ ਦੀ ਹਜ਼ੂਰੀ ਵਿੱਚ ਜੁੜੀ ਹੋਈ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਇਸ ਪਰਿਵਾਰ ਬਾਰੇ ਅਤੇ ਇਹਨਾਂ ਦੀ ਸੇਵਾ ਬਾਰੇ ਬਹੁਤ ਵਿਸਤਾਰ ਨਾਲ ਦੱਸਿਆ। ਮੈਂ ਇਹਦੇ ਵਿੱਚ ਇੱਕ ਹੋਰ ਪੱਖ 'ਤੇ ਗੱਲ ਕਰਨਾ ਚਾਹੂੰਗਾ। ਸਰਦਾਰ ਤਰਲੋਕ ਸਿੰਘ ਹੁਣਾਂ ਦਾ ਪਰਿਵਾਰ, ਨਵਜੋਤ ਸਿੰਘ, ਇਹਨਾਂ ਦੀ ਜੋ ਸੇਵਾ ਆ ਉਹ ਬਹੁਤ ਹੀ ਅਹਿਮ ਆ। ਇਹੋ ਜਿਹੇ ਪਰਿਵਾਰਾਂ ਅਤੇ ਇਹੋ ਜਿਹੀਆਂ ਸਿੰਘਾਂ ਦੀ ਸੇਵਾ ਕਰਕੇ ਸਿੱਖੀ ਖੜ੍ਹੀ ਆ, ਪੰਥ ਦੇ ਸੰਘਰਸ਼ ਖੜ੍ਹੇ ਆ। ਇਹਨਾਂ ਦੀ ਸੇਵਾ ਚੁੱਪ ਸ਼ਾਂਤ ਪਿੱਛੇ ਰਹਿ ਕੇ ਨਿਸ਼ਕਾਮ ਬਿਲਕੁਲ ਨਿਮਾਣੇ ਹੋ ਕੇ, ਕਦੀ ਕੋਈ ਕਿਤੇ ਕੋਈ ਦਾਵਾ ਨਹੀਂ, ਕਿਤੇ ਵੀ ਕੋਈ ਆਪਣੀ ਗੱਲ ਨਹੀਂ। ਇਹ ਅਸਲੀ ਸੇਵਾ। ਅਤੇ ਜੇਲ੍ਹ ਕੱਟੀ ਉਹ ਵੀ ਇਹੋ ਜਿਹੀ ਸਬਰ ਨਾਲ, ਸੰਤੋਖ ਨਾਲ, ਸੰਜਮ ਨਾਲ, ਗੁਰੂ ਦੇ ਭੈ ਵਿੱਚ ਸਦਾ ਪੰਥ ਅੱਗੇ ਰੱਖ ਕੇ। ਨਵਜੋਤ ਸਿੰਘ ਦੀ ਸੇਵਾ 1995 ਤੋਂ ਹੀ ਸ਼ੁਰੂ ਨਹੀਂ ਹੁੰਦੀ। ਇਹ ਮੈਂ ਅੱਜ ਇੱਥੇ ਗੱਲ ਕਰਨ ਜਾ ਰਿਹਾ, ਹੋ ਸਕਦਾ ਨਵਜੋਤ ਸਿੰਘ ਨੂੰ ਇਹ ਵੀ ਚੰਗਾ ਨਾ ਲੱਗੇ, ਉਹ ਇਹੋ ਜਿਹਾ ਸਿੰਘ ਹੈ। ਇਹਨਾਂ ਦੀ ਸੇਵਾ ਸਨ 86-87 ਤੋਂ। ਇਹਨਾਂ ਦੇ ਦੋਸਤ ਪਾਲੀ ਨਾਲ ਇਹ ਉਦੋਂ ਤੋਂ ਸੇਵਾ ਕਰਦੇ ਆ ਪੰਥ ਦੀ, ਇੱਥੇ ਇਸ ਖਿੱਤੇ ਵਿੱਚ ਚੰਡੀਗੜ੍ਹ ਮੋਹਾਲੀ ਵਿੱਚ। ਅਸੀਂ ਇਹਨਾਂ ਕੋਲ ਹੀ ਠਹਿਰਦੇ ਸੀ, ਪੰਥਕ ਕਮੇਟੀ ਚਾਰੇ ਜਥੇਬੰਦੀਆਂ ਦੇ ਮੁਖੀ ਸਾਡੀ, ਜੋ ਇੱਥੇ ਕਦੀ ਵੀ ਜੋ ਮੀਟਿੰਗ ਕੁਛ ਵੀ ਹੁੰਦਾ ਸੀ ਇਹਨਾਂ ਦੋ ਸਿੰਘਾਂ ਨੂੰ ਜ਼ਰੂਰ ਪਤਾ ਹੁੰਦਾ ਸੀ, ਅਤੇ ਅਸੀਂ ਕਈ ਕਈ ਦਿਨ ਇਹਨਾਂ ਕੋਲ ਰਹਿੰਦੇ ਰਹੇ ਹਾਂ।
ਪਰ ਇਹਨਾਂ ਨੇ ਕਦੀ ਕਿਸੇ ਕੋਲ ਨਹੀਂ ਗੱਲ ਕੀਤੀ ਅਤੇ ਨਾ ਇਹ ਕਦੀ ਕਿਤੇ ਗੱਲ ਆਈ, ਕਿਉਂਕਿ ਕਿਸੇ ਨੇ ਦੱਸਿਆ ਹੀ ਨਹੀਂ। ਭਾਵੇਂ ਬਹੁਤ ਸਿੰਘ ਸ਼ਹੀਦ ਹੋ ਗਏ ਜਿਹੜੇ ਇਹਨਾਂ ਕੋਲ ਰਹਿ, ਕਦੀ ਕਿਸੇ ਨੇ ਨਹੀਂ ਦੱਸਿਆ। ਇਸ ਕਰਕੇ ਇਹਨਾਂ ਦੀ ਸੇਵਾ ਬੜੀ ਪੁਰਾਣੀ ਹੈ। ਗੱਲ ਤਾਂ ਇਹ ਦੇਖਣ ਵਾਲੀ ਕਿ ਇਹ ਸੇਵਾ ਕਿੱਡੀ ਮਹਾਨ ਆ ਕਿ ਕਦੀ ਕਿਸੇ ਕੋਲ ਦੱਸਣਾ ਤੱਕ ਨਹੀਂ। ਆਪਣੇ ਨਾਲ ਦੇ ਜਿਹੜੇ ਸਿੰਘ ਹੋਣ ਵਾਲੇ ਕੇਸ ਸੀ, ਉਹਨਾਂ ਨੂੰ ਵੀ ਨਹੀਂ ਪਤਾ ਹੋਏਗਾ ਇਹ ਗੱਲ ਕਿ ਇਹ ਕਿੱਡਾ ਸਬਰ ਆ, ਕਿੱਡਾ ਸੰਤੋਖ ਆ, ਕਿੱਡਾ ਨਿਮਾਣਪੁਣ ਹੈ। ਕੋਈ ਦਾਵਾ ਨਹੀਂ, ਸਿਰਫ ਸੇਵਾ, ਨਿਸ਼ਕਾਮ ਸੇਵਾ। ਅਤੇ ਇਹ ਸੇਵਾ ਨੂੰ ਮੇਰਾ ਨਮਸਕਾਰ ਆ। ਇਹੀ ਸੇਵਾ ਆ ਜਿਹਦੇ ਕਰਕੇ ਅਸੀਂ ਖੜ੍ਹੇ ਹਾਂ, ਲੜਦੇ ਹਾਂ, ਜੂਝਦੇ ਹਾਂ ਅਤੇ ਕਾਮਯਾਬ ਹੁੰਦੇ ਹਾਂ, ਅਤੇ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਆ। ਅਤੇ ਜੋ ਲੇਖਾ ਜੋਖਾ ਆ, ਜੋ ਉਸ ਦਰਗਾਹ 'ਚ ਹੋਣਾ ਆ, ਗੁਰੂ ਦੀ ਹਜ਼ੂਰੀ 'ਚ ਹੋਣਾ ਆ, ਇਸ ਦੁਨੀਆ ਦੇ ਕਚਹਿਰੀਆਂ, ਇਸ ਦੁਨੀਆ ਦੇ ਸੁਸਾਇਟੀ, ਇੱਥੇ ਦੇ ਮਾਣ ਸਨਮਾਨ ਕੋਈ ਬਹੁਤਾ ਮਾਇਨਾ ਨਹੀਂ ਰੱਖਦੇ। ਜਿਨ੍ਹਾਂ ਨੂੰ ਅੱਗੇ ਦੀ ਅਗਲੀ ਦੁਨੀਆ 'ਤੇ ਟੇਕ ਆ, ਜਿਹਨੂੰ ਗੁਰੂ 'ਤੇ ਟੇਕ ਆ, ਉਹਨਾਂ ਨੂੰ ਕੁਛ ਕਿਤੇ ਦਾਅਵਾ ਕਰਨ ਦੀ ਜ਼ਰੂਰਤ ਨਹੀਂ ਗੀ। ਗੁਰੂ ਦੀ ਹਜ਼ੂਰੀ ਵਿੱਚ ਗੁਰੂ ਸਭ ਜਾਣਦਾ ਹੈ। ਅਤੇ ਰਹੀ ਗੱਲ ਇਨਸਾਫ ਦੀ, ਇਹ ਠੀਕ ਆ ਕਿ ਅਸੀਂ ਗੁਲਾਮੀ ਵਾਲੀ ਅਵਸਥਾ 'ਚ, ਪਰ ਅਸੀਂ ਇਹਨਾਂ ਵਿੱਚ ਰਹਿ ਰਹੇ ਹਾਂ ਅਤੇ ਅਸੀਂ ਜੂਝ ਰਹੇ ਹਾਂ ਸ਼ੁਰੂ ਤੋਂ ਕਿਸੇ ਨਾ ਕਿਸੇ ਰੂਪ 'ਚ, ਕਦੀ ਹਥਿਆਰਬੰਦ, ਕਦੀ ਹੋਰ ਤਰੀਕਿਆਂ ਨੇ, ਅਤੇ ਹੁਣ ਹੋਰ ਕਈ ਤਰੀਕਿਆਂ ਨਾਲ ਅਸੀਂ ਜੂਝ ਰਹੇ ਹਾਂ। ਉਹ ਲਗਾਤਾਰਤਾ ਇਹਦੇ ਵਿੱਚ। ਇਹ ਵੀ ਠੀਕ ਆ ਕਿ ਅਸੀਂ ਕਾਨੂੰਨੀ ਤਰੀਕੇ ਮਨੁੱਖੀ ਅਧਿਕਾਰਾਂ ਦੇ ਅਤੇ ਹੋਰ ਸਾਰੀ ਦੁਨੀਆ ਨੂੰ, ਇਹ ਸਾਡੇ ਜੰਗ ਦਾ ਹੀ ਹਿੱਸਾ, ਉਹ ਸਾਰਾ ਕੁਛ ਕਰਨਾ ਹੁੰਦਾ ਹੈ ਅਤੇ ਕਰਨਾ ਚਾਹੀਦਾ ਅਤੇ ਕਰ ਵੀ ਰਹੇ ਆ। ਇਹਨਾਂ ਸਾਰੇ ਸਿੰਘਾਂ ਦੀ ਬੜੀ ਸੇਵਾ ਹੈ ਇਹਦੇ ਵਿੱਚ, ਪਰ ਇਹ ਸਾਨੂੰ ਸਪਸ਼ਟ ਹੋਣਾ ਚਾਹੀਦਾ ਕਿ ਜਿਹੜਾ ਇਨਸਾਫ ਆ, ਖਾਲਸੇ ਨੇ ਕਦੀ ਕਿਸੇ ਤੋਂ ਇਨਸਾਫ ਮੰਗਿਆ ਨਹੀਂ ਗਾ। ਗੁਰਮਤਿ 'ਚ ਕਿਤੇ ਵੀ ਇਨਸਾਫ ਮੰਗਣ ਦੀ ਨਹੀਂ ਗੱਲ ਹੈ, ਉਹਨਾਂ ਤਖਤਾਂ ਤੋਂ ਜਿਹੜੇ ਸਾਡੇ ਬੁਨਿਆਦੀ ਰੂਪ 'ਚ ਸਾਡੇ ਖਿਲਾਫ ਆ। ਇਹ ਬਿਪਰ ਦਾ ਤਖਤ ਅਤੇ ਸ਼ਬਦ ਗੁਰੂ ਦਾ ਤਖਤ, ਅਕਾਲ ਤਖਤ ਅਤੇ ਇਹ ਲੁੱਟ ਸੁੱਟ ਦਾ ਤਖਤ, ਬੁਨਿਆਦੀ ਵਿਰੋਧ ਨੇ, ਉਹ ਸਾਨੂੰ ਇਨਸਾਫ ਨਹੀਂ ਦੇ ਸਕਦੇ। ਜਿਨ੍ਹਾਂ ਨੇ ਸਾਰਾ ਕੁਛ ਕੀਤਾ ਆ, ਜਿਹੜੇ ਦੋਸ਼ੀ ਆ, ਉਹ ਇਨਸਾਫ ਨਹੀਂ ਦੇ ਸਕਦੇ। ਠੀਕ ਆ ਕਿ ਗੁਲਾਮੀ ਦੇ ਅਵਸਥਾ 'ਚ ਅਸੀਂ ਸਭ ਕੁਛ ਕਾਨੂੰਨਾਂ ਰਾਹੀਂ ਜੋ ਹੋ ਸਕਦਾ, ਇਹ ਵੀ ਇੱਕ ਯੁੱਧ ਦਾ ਤਰੀਕਾ ਆ, ਉਹ ਸਾਨੂੰ ਕਰਨਾ ਚਾਹੀਦਾ, ਕਰ ਰਹੇ ਹਾਂ। ਪਰ ਇਹ ਕਲੀਅਰ ਹੋਣਾ ਚਾਹੀਦਾ ਕਿ ਇਨਸਾਫ ਗੁਰੂ ਦੀ ਕਿਰਪਾ ਨਾਲ, ਪੰਥ ਦੀ ਅਰਦਾਸ ਨਾਲ, ਪੰਥ ਦੀ ਸ਼ਕਤੀ ਨਾਲ, ਸੰਘਰਸ਼ ਨਾਲ, ਗੁਰੂ ਖਾਲਸਾ ਪੰਥ ਨੇ ਕਰਨਾ ਆ, ਸਦਾ ਕੀਤਾ ਆ ਅਤੇ ਅੱਗੇ ਵੀ ਕਰੇਗਾ। ਅਤੇ ਆਖਰ ਵਿੱਚ ਮੈਂ ਫਿਰ ਇਸ ਪਰਿਵਾਰ ਦਾ, ਨਵਜੋਤ ਸਿੰਘ ਅਤੇ ਉਹਦੇ ਵਰਗੇ ਹੋਰ ਅਨੇਕਾਂ ਸਿੰਘ ਜਿਨ੍ਹਾਂ ਨੇ ਚੁੱਪ ਕਰਕੇ ਹਲੇਮੀ 'ਚ, ਨਿਰਮਾਣਤਾ, ਨਿਸ਼ਕਾਮ 'ਚ ਸੇਵਾ ਕੀਤੀ, ਗੁਰੂ 'ਤੇ ਟੇਕ ਰੱਖੀ, ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਨਰੈਣ ਸਿੰਘ ਹੁਣਾਂ ਨੂੰ ਬੇਨਤੀ ਹੈ।
ਕਿ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਅਤੇ ਇਸ ਉਪਰੰਤ ਭਾਈ ਨਵਜੋਤ ਸਿੰਘ ਹੋਣਾ ਨੂੰ ਸੰਗਤੀ ਤੌਰ 'ਤੇ ਜਿੰਨੀਆਂ ਵੀ ਹਾਜ਼ਰ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਦਸਤਾਰ ਭੇਟ ਕੀਤੀ ਜਾਵੇਗੀ ਜੀ। ਭਾਈ ਨਰਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਰਦਾਰ ਤਰਲੋਕ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਜੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸ ਬਾਰੇ ਐਡਵੋਕੇਟ ਸਰਦਾਰ ਅੰਬਰ ਸਿੰਘ ਚਾਹਲ ਜੀ ਨੇ ਪਰਿਵਾਰ ਦੀ ਸਬਰ ਸੰਤੋਖ ਨਾਲ ਕੀਤੀ ਸੇਵਾ ਬਾਰੇ ਭਾਈ ਦਲਜੀਤ ਸਿੰਘ ਜੀ ਨੇ ਅਤੇ ਅਨਿਆਂ ਅਤੇ ਸਿੱਖ ਕੌਮ ਦੇ ਨਾਲ ਹੋਰ ਪੱਖਾਂ ਦੇ ਉੱਤੇ ਵਿਤਕਰੇ ਬਾਰੇ ਸਰਦਾਰ ਗੁਰਤੇਜ ਸਿੰਘ ਜੀ ਨੇ ਆਪ ਜੀ ਦੇ ਸਾਹਮਣੇ ਗੱਲ ਕੀਤੀ ਹੈ। ਮੈਂ ਕਿਉਂਕਿ ਸਮਾਂ ਵੀ ਹੋ ਚੁੱਕਾ, ਇੱਕ ਦੋ ਹੀ ਗੱਲਾਂ ਕਰਕੇ ਸਮਾਪਤੀ ਕਰਾਂਗਾ। ਸਰਦਾਰ ਨਵਜੋਤ ਸਿੰਘ ਦੇ ਉੱਤੇ ਇਹ ਕੇਸ ਕਿਉਂ ਪਾਇਆ ਗਿਆ? ਇਹਨਾਂ ਨੇ ਇੱਕ, ਜਿਵੇਂ ਚਾਹਲ ਸਾਹਿਬ ਨੇ ਗੱਲ ਕੀਤੀ ਸੀ, ਇਹਨਾਂ ਦੀ ਡਾਇਰੀ ਦੇ ਵਿੱਚ ਇੱਕ ਕਵਿਤਾ ਲਿਖੀ ਸੀ ਜਿਹਦੇ ਵਿੱਚ ਸਤਲੁਜ ਜਮੁਨਾ ਲਿੰਕ ਨਹਿਰ ਦਾ ਅਤੇ ਉਹ ਨਹਿਰ ਨੂੰ ਧੱਕੇ ਨਾਲ ਕੱਢਣ ਵਾਲਿਆਂ ਦਾ ਜ਼ਿਕਰ ਸੀ ਅਤੇ ਇਹ ਕਿਹਾ ਸੀ ਕਿ ਇਹ ਨਹਿਰ ਦੇ ਵਿੱਚ ਪਾਣੀ ਨਹੀਂ ਵਹਿਣ ਦਿੱਤਾ ਜਾਵੇਗਾ, ਲਹੂ ਵਗੇਗਾ ਅਤੇ ਲਹੂ ਕਿਹਨਾਂ ਦਾ ਵਗੇਗਾ ਜਿਹੜੇ ਇਹ ਨਹਿਰ ਨੂੰ ਧੱਕੇ ਨਾਲ ਕੱਢਣਗੇ। ਅਤੇ ਉਹਦੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਦਾ ਨਾਮ ਹੀ ਸਿੱਧੇ ਤੌਰ 'ਤੇ ਨਹੀਂ, ਜਿਹਨੂੰ ਉਹ ਲੈ ਕੇ ਇੰਨਾ ਚਿਰ 12 ਸਾਲ ਇਹਨਾਂ ਨੂੰ ਬਿਨਾਂ ਕਿਸੇ ਗਵਾਹੀ ਦੇ ਸਜ਼ਾ ਕਟਾ ਦਿੱਤੀ ਗਈ। ਉਹਦੇ ਅੱਗੇ ਰਾਮ ਲਿਖਿਆ ਸੀ, ਸਿੰਘ ਨਹੀਂ ਲਿਖਿਆ, ਪਰ ਉਸੇ ਡਾਇਰੀ ਨੂੰ ਲੈ ਕੇ ਜਿਹੜੀ ਫੇਲ ਹੋ ਗਈ ਐਵੀਡੈਂਸ ਐਕਟ ਦੇ ਤਹਿਤ, ਉਹ ਚਾਹਲ ਸਾਹਿਬ ਜ਼ਿਆਦਾ ਜਾਣਦੇ ਆ। ਦੂਜੀ ਗੱਲ, ਇਹਨਾਂ ਨੂੰ ਕਿਉਂ ਫਸਾਇਆ ਗਿਆ? ਧਾੜਵੀਆਂ ਦੇ ਤਰ੍ਹਾਂ ਜਦੋਂ CBI ਕੰਧਾਂ ਟੱਪ ਕੇ ਇਹਨਾਂ ਦੇ ਘਰ ਦਾਖਲ ਹੋਈ ਤਾਂ ਇਹਨਾਂ ਨੂੰ ਕੀ ਪਤਾ ਸੀ ਕਿ ਇਹ ਫੋਰਸ ਆ ਕਿ ਜਾਂ ਇਹ ਕੋਈ ਡਾਕੂ ਲੁਟੇਰੇ ਆ? ਉਹ ਜਦੋਂ 2-3 ਆਏ ਕੰਧਾਂ ਟੱਪ ਕੇ, ਇਹ ਦੋਵੇਂ ਪਿਓ ਪੁੱਤ ਜੂਡੋ ਕਰਾਟੇ ਚੰਗੀ ਤਰ੍ਹਾਂ ਜਾਣਦੇ ਸੀ ਇਹਨਾਂ ਨੂੰ, ਉਹਨਾਂ ਨੂੰ ਚੰਗਾ ਉੱਥੇ ਨਿਸਲ ਕਰ ਦਿੱਤਾ, ਚੀਕਾਂ ਕਢਾ ਦਿੱਤੀਆਂ, ਇੱਕ ਕਾਰਨ ਇਹ ਬਣ ਗਿਆ। ਦੂਜਾ ਕਾਰਨ ਕੀ ਸੀ, ਜਿਸ ਤਰ੍ਹਾਂ ਦਲਜੀਤ ਸਿੰਘ ਨੇ ਗੱਲ ਕੀਤੀ ਆ, ਸੇਵਾ ਇਹ ਪਰਿਵਾਰ ਦੀ ਚੁੱਪ ਕਰਕੇ ਸੀ, ਉਹਦੇ ਵਿੱਚ ਇੱਕ ਅੱਧਾ ਨਾਂ ਜੁੜ ਗਿਆ ਕਿ ਤੁਹਾਡੇ ਘਰ ਵਿੱਚ ਉਹ ਆਉਂਦਾ, ਪਰ ਐਵੀਡੈਂਸ ਕੋਈ ਨਹੀਂ ਸੀ। ਭਾਈ ਨਵਜੋਤ ਸਿੰਘ ਦੇ ਉੱਤੇ ਜ਼ੋਰ ਪਾਇਆ ਗਿਆ ਕਿ ਤੂੰ ਇਸ ਕੇਸ ਦੇ ਵਿੱਚ ਗਵਾਹ ਬਣ ਜਾ। ਇਹਨੇ ਜਦੋਂ ਨਾਂਹ ਕਰ ਦਿੱਤੀ, ਮੈਂ ਝੂਠਾ ਗਵਾਹ ਕਿਵੇਂ ਬਣਾਂ, ਮੈਂ ਰੱਬ ਨੂੰ ਜਾਣ ਦੇਣੀ ਹੈ। ਅਤੇ CBI ਵਾਲਿਆਂ ਨੇ ਕਿਹਾ ਸੀ ਕਿ ਰੱਬ ਜਿਹਨੂੰ ਤੂੰ ਕਹਿੰਦਾ ਉਹ ਰੱਬ ਨਹੀਂ, ਤੂੰ CBI ਨੂੰ ਰੱਬ ਸਮਝੇਗਾ। ਇਸ ਕਰਕੇ ਇਹਨੂੰ 12 ਸਾਲ ਸਜ਼ਾ ਕਟਾਤੀ, ਨਾ
ਟਰਾਇਲ ਕੋਰਟ ਵਿੱਚੋਂ ਨਿਆਂ ਮਿਲਿਆ, ਨਾ ਹਾਈ ਕੋਰਟ ਨੇ ਦਿੱਤਾ ਅਤੇ ਨਾ ਸੁਪਰੀਮ ਕੋਰਟ ਨੇ ਬੇਲ ਵੀ ਨਹੀਂ ਕੀਤੀ। ਦੂਜੀ, ਇਹ ਸਿੰਘ ਜਿਹੜੇ ਜਿੰਨੇ ਵੀ ਇਸ ਕੇਸ ਦੇ ਵਿੱਚ ਬੰਦ ਸਨ, ਮੈਂ ਮੁਲਾਕਾਤ ਕਰਨ ਵਾਸਤੇ ਗਿਆ, ਸਰਦਾਰ ਗੁਰਤੇਜ ਸਿੰਘ ਵੀ ਗਏ, ਜਸਟਿਸ ਅਜੀਤ ਸਿੰਘ ਬੈਂਸ ਵੀ ਗਏ, ਹੋਰ ਵੀ ਸਿੰਘ ਜਾਂਦੇ ਰਹੇ ਆ। ਮੈਂ ਇੱਕ ਵਾਰੀ ਗੱਲ ਕੀਤੀ, ਮੈਂ ਆਖਿਆ ਯਾਰ ਅਸੀਂ ਵੀ ਜੇਲ੍ਹਾਂ 'ਚ ਰਹੇ ਹਾਂ, ਜਦੋਂ ਮੁਲਾਕਾਤ ਆਉਂਦੀ ਆ ਅਸੀਂ ਤਾਂ ਅੱਬਲ ਜੇਲ੍ਹ ਦੇ ਵਿੱਚ ਵੀ ਪੂਰੀ ਦਸਤਾਰ ਸਜਾ ਕੇ ਟੌਰ ਦੇ ਨਾਲ ਫਿਰਦੇ ਹਾਂ ਅਤੇ ਤੁਹਾਡੇ ਸਿਰ ਦੇ ਉੱਤੇ ਪੱਗ ਹੀ ਨਹੀਂ ਹੁੰਦੀ, ਤੁਸੀਂ ਆਹ ਮੈਲੀਆਂ ਕਚੈਲੀਆਂ ਜਾਂ ਕੇਸਕੀਆਂ ਵਧੀਆਂ ਹੁੰਦੀਆਂ ਇਸ ਤਰ੍ਹਾਂ ਹੀ ਆ ਜਾਂਦੇ ਜੇ। ਉਹ ਭਾਵੁਕ ਹੋ ਗਏ, ਆਂਦੇ ਸਾਡੇ ਕੋਲ ਪੱਗਾਂ ਹੈ ਹੀ ਨਹੀਂ। ਮੈਂ ਮੇਰੇ ਮਨ 'ਚ ਵੀ ਆਇਆ ਕਿ ਐਡੇ ਚੋਟੀ ਦੇ ਸਿੰਘ ਹੋਣ, ਕਿਉਂਕਿ ਭਾਈ ਨਵਜੋਤ ਸਿੰਘ ਦੀ ਮੁਲਾਕਾਤ ਇਹਨਾਂ ਦੇ ਮਾਤਾ ਪਿਤਾ ਕਰਦੇ ਹਨ ਜਿੰਨੇ ਵਾਰ ਹੁੰਦੇ ਸੀ, ਦੂਜਿਆਂ ਦੀ ਤਾਂ ਮੁਲਾਕਾਤ ਕਰਨ ਵਾਸਤੇ ਵੀ ਬੜੀ ਮੁਸ਼ਕਲ ਸੀ, ਨਹੀਂ ਸੀ ਹੁੰਦੀ। ਮੈਂ ਕੀਤਾ, ਮੈਂ ਜਿੰਨੇ ਸਿੰਘ ਸੀ ਮੈਂ ਤਿੰਨ ਤਿੰਨ ਪੱਗਾਂ ਖਰੀਦੀਆਂ ਹਰ ਇੱਕ ਵਾਸਤੇ, ਬੜੇ ਬੜੇ ਸੋਹਣੇ ਰੰਗਾਂ ਦੀਆਂ, ਕੁਝ ਮੈਂ ਧਾਮੀ ਸਾਹਿਬ ਹੱਥ ਭੇਜ ਦਿੱਤੀਆਂ ਪਹਿਲੇ ਦਿਨ, ਅਗਲੇ ਦਿਨ ਮੈਂ ਲੈ ਗਿਆ। ਉਹ ਪੱਗਾਂ ਵੀ ਸਾਡੇ ਉੱਤੇ ਕੇਸ ਬਣ ਗਈਆਂ, ਉਹ ਵੀ ਚਾਹਲ ਸਾਹਿਬ ਨੇ ਕੇਸ ਲੜਿਆ, ਇਹ ਜਾਣਦੇ ਆ। ਇਹ ਹੈ ਇਹ ਕੇਸ ਜਿੱਥੇ ਸਿੱਖ ਕੌਮ ਵਾਸਤੇ ਫਖਰ ਵਾਲੀ ਅਣਖ ਵਾਲੀ ਗੱਲ ਆ, ਔਰ ਇਤਿਹਾਸ ਦਾ ਸੁਨਹਿਰੀ ਪੰਨਾ ਵਾ, ਜਦੋਂ ਇੱਕ ਦੁਸ਼ਟ ਨੂੰ ਇੱਕ ਕਾਤਲ ਨੂੰ ਸੋਧਿਆ, ਉੱਥੇ ਇਹ ਨਿਆਂਪਾਲਿਕਾ ਦੇ ਉੱਤੇ ਕਲੰਕ ਆ, ਜਿਹਨੇ ਬਿਨਾਂ ਕਿਸੇ ਐਵੀਡੈਂਸ ਦੇ ਭਾਈ ਨਵਜੋਤ ਸਿੰਘ ਨੂੰ ਵੀ 12 ਸਾਲ ਸਜ਼ਾ ਕਟਾਤੀ, ਭਾਈ ਨਸੀਬ ਸਿੰਘ ਨੂੰ ਜਿੰਨੀ ਸਜ਼ਾ ਹੋਈ ਨਹੀਂ ਉਦੋਂ ਵੱਧ ਸਜ਼ਾ ਕਟਾਤੀ। ਬੇਸ਼ੱਕ ਐਕਸਪਲੋਜ਼ਿਵ ਐਕਟ ਦੇ ਵਿੱਚ ਉਹਨੂੰ ਸਜ਼ਾ ਹੋਈ ਸੀ, ਬਾਕੀਆਂ ਨੂੰ ਵੱਡੀਆਂ ਸਜ਼ਾਵਾਂ ਦਿੱਤੀਆਂ। ਉਹ ਅੱਜ ਵੀ ਕੁਝ ਜੇਲ੍ਹਾਂ 'ਚ ਬੰਦ ਨੇ, ਕੁਝ ਬਾਹਰ ਨੇ, ਪੰਥ ਲੜ ਰਿਹਾ। ਸੋ ਸਾਨੂੰ ਇੱਕ ਮੰਚ ਦੇ ਉੱਤੇ ਖਾਲਸਾਈ ਸੁਰ ਨਾਲ ਇਕੱਠੇ ਹੋਣਾ ਪਵੇਗਾ, ਕਿਉਂਕਿ ਅਸੀਂ ਦੁਨੀਆ ਨੂੰ ਦੱਸਣਾ ਹੈ ਕਿ ਅਸੀਂ ਗੁਲਾਮ ਹਾਂ, ਆਜ਼ਾਦੀ ਸਾਡਾ ਹੱਕ ਆ, ਔਰ ਹਿੰਦੁਸਤਾਨ ਸਾਡੇ ਨਾਲ ਅਨਿਆਏ ਨਹੀਂ ਕਰ ਰਿਹਾ, ਸਾਡਾ ਕਤਲੇਆਮ ਵੀ ਕਰ ਰਿਹਾ। ਉਹ ਕਤਲੇਆਮ ਨੂੰ ਸਾਬਤ ਵੀ ਕੀਤਾ ਜਾ ਚੁੱਕਾ ਵਾ ਦੁਨੀਆ ਦੇ ਮੁਲਕਾਂ ਨੇ ਵੀ, ਕੈਨੇਡਾ ਨੇ ਵੀ, ਅਮਰੀਕਾ ਨੇ ਵੀ ਕਰ ਦਿੱਤਾ, ਜਿਹੜੇ ਪੰਜ ਵੱਡੇ ਮੁਲਕ ਨੇ ਉਹਨਾਂ ਨੇ ਵੀ ਇਹਦੀ ਇੱਕ ਸੁਰ ਹੋ ਕੇ ਹਾਮੀ ਭਰੀ ਆ ਕਿ ਹਿੰਦ ਸਟੇਟ ਵਿਦੇਸ਼ਾਂ ਵਿੱਚ ਵੀ ਜਾ ਕੇ ਸਿੱਖਾਂ ਦਾ ਕਤਲੇਆਮ ਕਰ ਰਹੀ ਆ, ਅਤੇ CBI ਕੋਰਟ ਵਿੱਚੋਂ ਵੱਡੀਆਂ ਵੱਡੀਆਂ ਸਜ਼ਾਵਾਂ ਉਹਨਾਂ ਕਾਤਲ ਪੁਲਿਸ ਅਫਸਰਾਂ ਨੂੰ ਹੋ ਰਹੀਆਂ ਨੇ, ਜਿਹੜਾ ਇਹ ਸਾਬਤ ਕਰਦੀਆਂ ਨੇ ਕਿ ਇਹ ਕਤਲੇਆਮ ਸਿੱਖਾਂ ਦਾ ਇੱਥੇ ਮਿਟ ਕੇ ਕੀਤਾ ਗਿਆ। ਆਖਰੀ ਜਿਹੜੀ ਕੁਝ ਦਿਨ ਪਹਿਲਾਂ ਸਜ਼ਾ ਹੋਈ ਆ ਇੱਕ DSP ਨੂੰ ਅਤੇ ਇੱਕ IG ਨੂੰ, ਉਹ ਇਕਬਾਲ ਕਰਕੇ ਗਏ ਆ ਚੈਨਲਾਂ ਦੇ ਅੱਗੇ ਕਿ ਕੇਂਦਰ ਸਰਕਾਰ ਨੂੰ ਪੁੱਛੋ, ਪੰਜਾਬ ਸਰਕਾਰ ਨੂੰ ਪੁੱਛੋ, ਜਿਨ੍ਹਾਂ ਦੇ ਕਹਿਣ ਦੇ ਉੱਤੇ ਅਸੀਂ ਇਹ ਸਭ ਕੁਝ ਕੀਤਾ। ਅਤੇ ਜਿਹੜੇ DSP ਨੂੰ ਸਜ਼ਾ ਹੋਈ ਸੀ ਉਹ ਕਹਿ ਗਿਆ, ਔਨ ਰਿਕਾਰਡ ਆ ਗਿਆ ਉਹਦਾ ਕਿ ਮੈਂ ਇਸ IG ਦੇ ਕਹਿਣ ਦੇ ਉੱਤੇ ਇਹਨਾਂ ਦਾ, ਇਹਨਾਂ ਚਾਰ ਨੌਜਵਾਨਾਂ ਦਾ ਕਤਲ ਕੀਤਾ ਸੀ, ਇਹ ਰਿਕਾਰਡ ਦੇ ਉੱਤੇ ਆ ਗਿਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਈ ਤਰਲੋਕ ਸਿੰਘ ਦੀ, ਸਰਦਾਰ ਤਰਲੋਕ ਸਿੰਘ ਦੀ ਅੱਜ ਅਸੀਂ ਇੱਥੇ ਵੇਖ ਰਹੇ ਹਾਂ, ਇਹਦਾ ਵੀ ਇੱਕ ਪਿੱਛੇ ਵੱਡਾ ਕਾਰਨ ਆ। ਉਹਨਾਂ ਨੇ ਇਹ ਕਿਹਾ ਸੀ ਕਿ ਮੇਰੇ
ਅਰਦਾਸ ਸਮਾਗਮ ਦੇ ਉੱਤੇ ਇਕੱਠ ਨਹੀਂ ਕਰਨਾ, ਕਿਸੇ ਨੂੰ ਸੁਣਾ ਹੀ ਦੇਣੇ, ਇਹਨਾਂ ਕਿਸੇ ਨੂੰ ਸੁਣਾ ਨਹੀਂ ਦਿੱਤਾ। ਇਹ ਜਿਹੜੀਆਂ ਪੰਥਕ ਸ਼ਖਸੀਅਤਾਂ ਆਈਆਂ ਇਹਨਾਂ ਨੂੰ ਸੁਣਾ ਅਸੀਂ ਖੁਦ ਦਿੱਤਾ, ਅਤੇ ਇਹ ਉਸ ਸੁਣਾ ਦੇ ਉੱਤੇ ਆਇਆ। ਆਪਣਾ ਸਰੀਰ ਜਿਉਂਦੇ ਜੀ ਹੀ ਉਹ PIG ਨੂੰ ਸਮਰਪਿਤ ਕਰ ਗਏ ਸੀ ਕਿ ਇਹਦੇ ਉੱਤੇ ਰਿਸਰਚ ਹੋਵੇ। ਉਹਨਾਂ ਦਾ ਸੰਸਕਾਰ ਨਹੀਂ ਕੀਤਾ ਗਿਆ, ਉਹ ਪਰਿਵਾਰ ਨੇ ਜਿਵੇਂ ਉਹਨਾਂ ਨੇ ਆਪਣੀ ਵਿਲ ਲਿਖੀ ਉਹਦੇ ਮੁਤਾਬਕ ਉਹ ਸਰੀਰ ਉਹਨਾਂ ਦਾ PGI ਦੇ ਵਿੱਚ ਚਲੇ ਗਿਆ। ਅਤੇ ਉੱਥੇ ਦੇਣ ਵੀ ਕੌਣ ਗਏ? ਸਿਰਫ ਨਵਜੋਤ ਸਿੰਘ ਅਤੇ ਨਾਲ ਭਾਈ ਕਮਰ ਸਿੰਘ ਧਾਮੀ, ਕਿਸੇ ਕੋਈ ਰਿਸ਼ਤੇਦਾਰ। ਉਹਨਾਂ ਨੇ ਖੁਦ ਕਿਹਾ ਸੀ ਕਿ ਇਕੱਠ ਕਰਨਾ ਹੀ ਨਹੀਂ। ਸੋ ਇਹ ਪਰਿਵਾਰ ਦੇ ਸਬਰ ਸੰਤੋਖ ਦਾ ਵੀ ਪੰਥ ਨੂੰ ਫਖਰ ਹੋਣਾ ਚਾਹੀਦਾ, ਅਤੇ ਇਹ ਇਹਨਾਂ ਦਾ ਵਡੱਪਣ ਆ, ਅਤੇ ਇਹਨਾਂ ਦੀ ਕੁਰਬਾਨੀ ਵੀ ਆ। ਉਹ ਕੁਰਬਾਨੀ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਆ। ਬੇਸ਼ੱਕ ਇਹ ਚੁੱਪ ਰਹਿਣ, ਦੱਸਣ ਜਾਂ ਨਾ ਦੱਸਣ, ਉਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਆ। ਅਤੇ ਭਾਈ ਤਰਲੋਕ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਆ ਕਿ ਅਸੀਂ ਇਸ ਪਰਿਵਾਰ ਦੇ ਨਾਲ ਆਪਣਾ ਸੰਬੰਧ ਜੋੜ ਕੇ ਰੱਖੀਏ, ਅਤੇ ਜਿਹੜੇ ਇਹਨਾਂ ਦੇ ਦੂਜੇ ਸਾਥੀ ਨੇ ਉਹਨਾਂ ਦੀ ਰਿਹਾਈ ਲਈ ਵੀ ਯਤਨਸ਼ੀਲ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਵਜੇ ਅਸਲ ਦੇ ਵਿੱਚ ਅਗਲੇ ਸਮਾਗਮ ਦਾ ਸਮਾਂ ਸੀਗਾ, ਅਤੇ ਹੁਣ ਬੇਨਤੀ ਹੈ ਭਾਈ ਨਵਜੋਤ ਸਿੰਘ ਹੋਣਾ ਨੂੰ ਕਿ ਉਹ ਗੁਰੂ ਮਹਾਰਾਜ ਦੇ ਸਨਮੁੱਖ ਆ ਜਾਣ, ਅਤੇ ਭਾਈ ਨਰਾਇਣ ਸਿੰਘ ਜੀ, ਭਾਈ ਦਲਜੀਤ ਸਿੰਘ ਜੀ, ਸਰਦਾਰ ਗੁਰਤੇਜ ਸਿੰਘ ਜੀ, ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਕਮਰ ਸਿੰਘ ਜੀ ਧਾਮੀ, ਸਰਦਾਰ RP ਸਿੰਘ ਜੀ, ਬੀਬੀ ਕੁਲਵੀਰ ਕੌਰ ਜੀ ਧਾਮੀ, ਬੀਬੀ ਹਰਬੰਸ ਕੌਰ ਜੀ, ਬੀਬੀ ਅੰਮ੍ਰਿਤ ਕੌਰ ਜੀ, ਬੀਬੀ ਹਰਜੀਤ ਕੌਰ ਜੀ, ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਦਸਤਾਰ ਭਾਈ ਨਵਜੋਤ ਸਿੰਘ ਉਹਨਾਂ ਨੂੰ ਦੇਣ। ਸਾਰੀਆਂ ਸ਼ਖਸੀਅਤਾਂ ਨੂੰ ਬੇਨਤੀ ਹੈ ਜੀ। Thank you.